ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ ਦੇ ਜਿਹੜੇ ਕਿ ਇੰਗਲਿਸ਼ ਸਬਜੈਕਟ ਦੇ ਇੰਗਲਿਸ਼ ਸਬਜੈਕਟ ਦੇ ਲਈ ਜਰਨਲਜ਼ ਇੰਗਲਿਸ਼ 올 ਸਟ੍ਰੀਮ ਦੇ ਲਈ ਜਿਹੜੇ ਕਿ ਸੈਕਸ਼ਨ A ਇੰਟੈਂਸਿਵ ਸਟੱਡੀ ਦੇ ਜਿਹੜੇ 8 ਚੈਪਟਰ ਨੇ ਇਹਨਾਂ 8 ਚੈਪਟਰਾਂ ਦੇ ਵਿੱਚੋਂ ਹਰ ਚੈਪਟਰ ਚੋ ਜਿਹੜੇ ਮੇਨ ਮੇਨ ਕੁਐਸਚਨਸ ਬਣਦੇ ਨੇ ਉਹ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਇੰਪੋਰਟੈਂਟ ਕੁਐਸਚਨਸ ਠੀਕ ਹੈ ਸੋ ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਆਪਾਂ ਨੇ ਸਾਰੇ ਚੈਪਟਰਸ ਸ਼ਾਰਟ ਲ ਠੀਕ ਹੈ ਵੈਰੀ ਸ਼ਾਰਟ ਇੰਪੋਰਟੈਂਟ ਈਮੇਲਜ਼ ਇੰਪੋਰਟੈਂਟ ਕਿਸ ਤਰੀਕੇ ਨਾਲ ਤੁਸੀਂ ਈਮੇਲ ਵਾਲੀ ਵੀਡੀਓ ਅਗਰ ਤੁਸੀਂ ਇੱਕ ਵਾਰ ਵਾਚ ਕਰ ਲੇ ਤਾਂ ਤੁਸੀਂ ਕਦੇ ਨਹੀਂ ਭੁੱਲੋਗੇ ਕਿਵੇਂ ਈਮੇਲ ਬਣਾਉਣਾ ਠੀਕ ਹੈ ਤੇ ਰਿਮੂਵ ਟੂ ਟੋਟਲੀ ਗ੍ਰਾਮਰ ਦਾ ਪੋਰਸ਼ਨ ਸਾਰਾ ਆਲਰੇਡੀ ਅਪਲੋਡ ਕੀਤੇ ਹੋਏ ਨੇ ਤੁਸੀਂ ਜਿਹੜੇ ਕਿ 12th ਕਲਾਸ ਇੰਗਲਿਸ਼ ਜਨਰਲ ਇੰਗਲਿਸ਼ ਉਹ ਵਾਲੀ ਪਲੇਲਿਸਟ ਨੂੰ ਵਾਚ ਕਰੋ ਤੇ ਇੰਗਲਿਸ਼ ਗ੍ਰਾਮਰ ਦੇ ਲਈ +1 ਤੇ +2 ਜਿਹੜੇ ਕਿ ਗ੍ਰਾਮਰ ਦੀ ਅਲੱਗ ਸੈਪਰੇਟ ਪਲੇਲਿਸਟ ਹੈ ਤੁਸੀਂ ਉਹਨਾਂ ਦੇ ਵਿੱਚ ਜਾ ਕੇ ਸਾਰੀ ਆਪਣੀਆਂ ਵੀਡੀਓਜ਼ ਨੂੰ ਜਿਹੜੇ ਕਿ ਵਾਚ ਕਰ ਸਕਦੇ ਹੋ ਸੋ ਇਸ ਦੇ ਵਿੱਚ ਆਪਾਂ ਆਲਰੇਡੀ ਵੈਸੇ ਤਾਂ ਇਹ ਵੀਡੀਓ ਅਪਲੋਡ ਕੀਤੀ ਹੋਈ ਆ ਇੰਟੈਂਸਿਵ ਸਟੱਡੀ ਦੇ ਚੈਪਟਰਸ ਬਟ ਆਪਾਂ ਦੁਬਾਰਾ ਤੋਂ ਆਪਾਂ ਰਿਵੀਜ਼ਨ ਸਟਾਰਟ ਕਰ ਰਹੇ ਹਾਂ ਠੀਕ ਹੈ ਤਾਂ ਇਹਦੇ ਵਿੱਚ ਆਪਾਂ ਇੰਟੈਂਸਿਵ ਸਟੱਡੀ ਦੇ ਜਿਹੜੇ ਕਿ ਇੰਪੋਰਟੈਂਟ ਕੁਐਸਚਨਸ ਆਨਸਰ ਕਰਾਂਗੇ ਹਰ ਚੈਪਟਰ ਦੇ ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਦੀ ਹਾਂ ਕਿ ਕਿਵੇਂ ਤੁਸੀਂ ਕਿੰਨੇ ਚੈਪਟਰ ਕਰਨੇ ਨੇ ਅਕੋਰਡਿੰਗ ਟੂ ਐਗਜ਼ਾਮ ਪੈਟਰਨ ਠੀਕ ਹੈ ਤੁਹਾਡੇ ਐਗਜ਼ਾਮ ਦੇ ਵਿੱਚ ਆਉਣਗੇ ਸੈਕਸ਼ਨ A ਦੇ ਵਿੱਚੋਂ ਸਕਸ਼ਨ A ਅੱਠ ਚੈਪਟਰ ਨੇ ਅੱਠ ਚੈਪਟਰਾਂ ਦੇ ਵਿੱਚੋਂ ਤੁਹਾਨੂੰ ਪੰਜ ਕੁਐਸਚਨ ਆਉਣੇ ਨੇ ਪੰਜ ਦੇ ਵਿੱਚੋਂ ਯੂ ਕੈਨ ਅਟੈਂਪਟ ਐਨੀ 3 ਤੁਸੀਂ ਕੋਈ ਤਿੰਨ ਕਰਨੇ ਹੋਣਗੇ ਤੇ ਹਰ ਕੁਐਸਚਨ ਕਿੰਨੇ ਮਾਰਕਸ ਦਾ ਹੋਊਗਾ 2 ਮਾਰਕਸ ਦਾ ਹੋਊਗਾ ਸੋ ਇਹਦੇ ਲਈ ਤੁਸੀਂ ਕਿੰਨੇ ਕੁਐਸਚਨ ਯਾਦ ਕਿੰਨੇ ਚੈਪਟਰ ਮਤਲਬ ਕਿ ਜਦੋਂ ਤੁਸੀਂ ਪਹਿਲੇ ਪੰਜ ਵੀ ਕਰ ਸਕਦੇ ਹੋ ਬਟ ਅਗਰ ਆਪਾਂ ਪਹਿਲੇ ਪੰਜ ਦੇ ਵਿੱਚ ਆਪਾਂ ਨੂੰ ਥੋੜਾ ਜ਼ਿਆਦਾ ਰਿਸਕ ਲਾਉਣਾ ਤਾਂ ਪਹਿਲੇ ਜਾਂ ਤਾਂ 6 ਚੈਪਟਰ ਕਰ ਲਓ ਕਿਉਂਕਿ ਅਗਰ ਪਹਿਲੇ ਤੁਸੀਂ 6 ਚੈਪਟਰ ਕਰ ਰਹੇ ਹੋ ਸਪੋਜ਼ ਤੁਸੀਂ ਪਹਿਲੇ 6 ਚੈਪਟਰ ਕੀਤੇ ਨੇ ਐਗਜ਼ਾਮੀਨਰ ਨੇ ਲਾਸਟ ਲਾਸਟ ਦੇ ਵਿੱਚੋਂ ਪਾਤਾ ਲਾਸਟ 6 ਦੇ ਵਿੱਚੋਂ ਪਾਤਾ ਤਾਂ ਵੀ ਤੁਹਾਡੇ ਕੋਲ ਜਿਹੜੇ ਕਿ 4 ਚੈਪਟਰ ਹੋਣਗੇ ਜਿਨ੍ਹਾਂ ਦੇ ਵਿੱਚ ਤੁਸੀਂ ਰਾਮ ਨਾਲ ਆਪਣੇ ਆਨਸਰ ਦੇ ਸਕਦੇ ਹੋਵੋਗੇ ਠੀਕ ਹੈ ਤੁਸੀਂ ਕੋਈ 5-5 ਵੀ ਕਰ ਸਕਦੇ ਹੋ ਅਗਰ ਸਪੋਜ਼ ਤੁਸੀਂ ਪਹਿਲੇ 5 ਕੀਤੇ ਨੇ ਤਾਂ ਐਗਜ਼ਾਮੀਨਰ ਨੇ ਅਗਰ ਲਾਸਟ ਲਾਸਟ ਉਹਦੇ ਵਿੱਚੋਂ 5 'ਚੋਂ ਪਾਇਆ ਤਾਂ ਤੁਹਾਡੇ ਕੋਲ 3 ਜਿਹੜੇ ਕਿ ਚੈਪਟਰ ਰਾਮ ਨਾਲ ਹੋਣਗੇ ਠੀਕ ਹੈ ਛੇ ਆਪਾਂ ਤਾਂ ਆ ਦੱਸ ਰਹੇ ਕਿਉਂਕਿ ਵੀ ਅਗਰ ਤੁਸੀਂ ਇੱਕ ਐਕਸਟਰਾ ਕਰ ਲਓਗੇ ਤਾਂ ਕੋਈ ਉਹ ਨਹੀਂ ਹੁੰਦਾ ਐਕਸਟਰਾ ਯਾਦ ਕੀਤੀ ਹੋਈ ਚੀਜ਼ ਦਾ ਕਦੇ ਨੁਕਸਾਨ ਨਹੀਂ ਹੁੰਦਾ ਅਗਰ ਆਪਾਂ ਘੱਟ ਯਾਰ ਕਰਦੇ ਤਾਂ ਉਹਦਾ ਹਮੇਸ਼ਾ ਨੁਕਸਾਨ ਹੁੰਦਾ ਠੀਕ ਹੈ ਸੋ ਉਹਦੇ ਲਈ ਆਪਾਂ ਕਹਿ ਰਹੇ ਹਾਂ ਤੁਸੀਂ 5 ਵੀ ਤੁਹਾਡੇ ਲਈ ਠੀਕ ਨੇ ਅਗਰ ਤੁਸੀਂ ਪਹਿਲੇ 5 ਕਰ ਲਓ ਜਾਂ ਲਾਸਟ 5 ਕਰ ਲਓ ਠੀਕ ਹੈ ਜਿਆਦਾ ਪਹਿਲੇ 5 ਜਾਂ ਲਾਸਟ 5 ਜਿਵੇਂ ਤੁਹਾਨੂੰ ਠੀਕ ਲੱਗਦਾ ਤੇ ਮੈਂ ਜਿਆਦਾ ਪ੍ਰੈਫਰ ਕਰ ਰਹੀ ਕਿ ਜਿਆਦਾ ਪਹਿਲੇ 6 ਜਾਂ ਲਾਸਟ 5 ਤੁਸੀਂ ਇਹ ਕਰੋ ਉਹਨਾਂ ਦਾ ਆਰਾਮ ਨਾਲ ਤੁਹਾਨੂੰ ਕੁਐਸਚਨਸ ਜਿਹੜੇ ਕਿ ਕਿਉਂਕਿ ਚੈਪਟਰ ਆਪਣੇ ਕੋਲ 8 ਨੇ ਤੇ ਕੁਐਸਚਨ ਆਪਾਂ ਨੂੰ 5 ਆਉਣੇ ਨੇ ਹਰ ਚੈਪਟਰ ਚ ਇੱਕ ਕੁਐਸਚਨ ਜਾਊਗਾ ਹੀ ਜਾਊਗਾ ਕਿਉਂਕਿ ਐਵੇਂ ਹੁੰਦਾ ਹੁੰਦਾ ਹਰ ਚੈਪਟਰ ਚ ਇੱਕ ਕੁਐਸਚਨ ਜਾਣੇ ਜਾਣਾ ਹੋਗਾ ਤੇ ਇਸ ਤੋਂ ਇਲਾਵਾ ਕੁਐਸ਼ਨਸ ਇਹ ਵੀ ਤੁਹਾਨੂੰ ਦੱਸਿਆ ਹੋਇਆ ਹੈ ਕਿ ਇੱਕ ਕੁਐਸ਼ਨ ਦੇ ਨਾਲ ਦੂਜਾ ਕੁਐਸ਼ਨ ਜਿਹੜੇ ਕਿ ਟੈਗ ਹੋ ਕੇ ਆਉਂਦਾ ਹੁੰਦਾ ਦੋ ਦੋ ਕੁਐਸ਼ਨਸ ਜਿਹੜੇ ਕਿ ਕੰਬਾਈਨ ਕਰਕੇ ਹੁੰਦੇ ਨੇ ਹਾਂ ਹੋ ਸਕਦਾ ਜਿਹੜੇ ਕਿ ਇਕੱਲਾ ਇਕੱਲਾ ਵੀ ਕੁਐਸ਼ਨਸ ਆ ਜਵੇ ਬਟ ਜ਼ਿਆਦਾਤਰ ਜਿਹੜੇ ਕਿ ਕਿਉਂਕਿ ਕੁਐਸ਼ਨ ਆਪਣੇ ਤੁਸੀਂ ਵੀ ਦੇਖਦੇ ਹੋ ਕਿ ਇੰਗਲਿਸ਼ ਦੇ ਵਿੱਚ ਜਿਹੜੇ ਆਨਸਰਸ ਨੇ ਬਹੁਤ ਜ਼ਿਆਦਾ ਛੋਟੇ ਛੋਟੇ ਨੇ ਸੋ ਇਹਨਾਂ ਨੂੰ ਕਈ ਵਾਰ ਕੰਬਾਈਨ ਕਰਕੇ ਵੀ ਜਿਹੜੇ ਕਿ ਕੁਐਸ਼ਨਸ ਬਣ ਜਾਂਦੇ ਹੁੰਦੇ ਨੇ ਸੋ ਆਈ ਹੋਪ ਤੁਸੀਂ ਸਮਝ ਗਏ ਹੋਵੋਗੇ ਹੁਣ ਤੁਸੀਂ ਕਿਵੇਂ ਜਿਹੜੇ ਕਿ ਆਪਣੇ ਇਹਨਾਂ ਕੋ ਚੈਪਟਰਸ ਕਰਨੇ ਨੇ ਮੈਂ ਇਸ ਵੀਡੀਓ ਦੇ ਵਿੱਚ ਅਠ ਦੇ ਅਠ ਚੈਪਟਰ ਕਰਵਾਉਂਗੀ ਜੋ ਤੁਸੀਂ ਜਿਵੇਂ ਤੁਹਾਨੂੰ ਠੀਕ ਲੱਗਦਾ ਉਹ ਤੁਸੀਂ ਉਵੇਂ ਕੁਐਸਚਨ ਹੈ ਜਿਹੜੀ ਕਿ ਚੈਪਟਰਸ ਆਪਣੇ ਯਾਦ ਕਰ ਸਕਦੇ ਹੋ ਸੋ ਹਰ ਚੈਪਟਰ ਦੀ ਆਪਾਂ ਪੰਜਾਬੀ ਦੇ ਵਿੱਚ ਚੈਨ ਕੁਐਸਚਨ ਆਨਸਰ ਸਮਝਾ ਕੇ ਯਾਦ ਕਰਾਂਗੇ ਤੇ ਸਟੂਡੈਂਟਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਵੱਧ ਤੋਂ ਵੱਧ ਜਿਹੜੇ ਕਿ ਸ਼ੇਅਰ ਕਰਿਆ ਕਰੋ ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਗਰ ਤੁਸੀਂ ਨਹੀਂ ਕੀਤਾ ਹੋਇਆ ਹਾਂਜੀ ਫਰਸਟ ਚੈਪਟਰ ਆਪਣਾ ਹਸਨਸ اٹੈਂਡੈਂਸ ਪ੍ਰੋਬਲਮ ਹਸਨ اٹੈਂਡੈਂਸ ਪ੍ਰੋਬਲਮ ਇਹ ਤਾਂ ਬਹੁਤ ਜਿਆਦਾ ਜਿਹੜੇ ਕਿ ਆਪਾਂ ਕਹਿ ਸਕਦੇ ਆ ਈਜ਼ੀ ਵੀ ਹੈ ਤੇ ਫਰਸਟ ਚੈਪਟਰ ਵੀ ਆ ਤੇ ਇਹਨਾਂ ਦੇ ਜਿਹੜੇ ਕਿ ਲੌਂਗ ਕੁਐਸਚਨ ਆਨਸਰ ਆਲਰੇਡੀ ਅਪਲੋਡ ਕੀਤੇ ਹੋਏ ਨੇ ਉਹ ਵੀ ਤੁਸੀਂ ਵਾਚ ਕਰ ਸਕਦੇ ਹੋ ਕੈਰੈਕਟਰ ਸਕੈਚ ਕਿਸ ਚੈਪਟਰ ਦਾ ਕੈਰੈਕਟਰ ਸਕੈਚ ਇੰਪੋਰਟੈਂਟ ਆ ਕਿਸਦੇ ਥੀਮ ਇੰਪੋਰਟੈਂਟ ਆ ਤੇ ਕਿਵੇਂ ਤੁਸੀਂ ਕਰਨਾ ਉਹ ਵੀ ਸਾਰਾ ਸਮਝਾਇਆ ਹੋਇਆ ਹੈ ਵਟ ਇਜ਼ ਅ ਨਰੇਟਰ professionਸ ਨਰੇਟਰ ਦਾ ਕੀ profession ਸੀ ਨਰੇਟਰ ਹੁੰਦਾ ਰਾਈਟਰ ਰਾਈਟਰ ਭਾਵ ਕੀ ਲੇਖਕ ਠੀਕ ਹੈ ਜੋ ਇਸ ਚੈਪਟਰ ਦੇ ਵਿੱਚ ਸੁਦਾ ਮੁਰਤੇ ਜਿਹੜਾ ਕਿ ਰਾਈਟਰ ਆ ਉਸ ਦਾ ਕੀ profession ਸੀ ਕੀ ਕੀਤਾ ਸੀ ਦ ਨਰੇਟਰ ਵਾਸ ਅ ਟੀਚਰ ਆਫ ਅ ਕੰਪਿਊਟਰ ਐਪਲੀਕੇਸ਼ਨ ਐਟ ਅ ਕਾਲਜ ਇਨ ਬੈਂਗਲੌਰ ਬੈਂਗਲੌਰ ਦੇ ਵਿੱਚ ਜਿਹੜਾ ਕੰਪਿਊਟਰ ਐਪਲੀਕੇਸ਼ਨ ਦਾ ਜਿਹੜਾ ਕਾਲਜ ਸੀ ਉਸ ਦੇ ਵਿੱਚ ਟੀਚਰ ਸੀ ਜਿਹੜੇ ਕਿ ਨਰੇਟਰ ਸੁਦਾ ਮੁਰਤੇ ਇੰਪੋਰਟੈਂਟ ਹੈ ਵੀ ਠੀਕ ਹੈ ਸੈਕਿੰਡ ਵੀ ਵਾਈ ਵਾਸ ਦਾ ਹਸਨ ਨੋਟਿਸਡ ਬਾਈ ਦਾ ਟੀਚਰ ਇਨ ਹਰ ਕਲਾਸ ਜਿਹੜੇ ਕਿ ਹਸਨ ਕਿਉਂ ਨਹੀਂ ਨੋਟਿਸ ਦੇ ਵਿੱਚ ਆਉਂਦਾ ਸੀ ਉਹਦੇ ਟੀਚਰ ਦੇ ਦੁਆਰਾ ਕਲਾਸ ਦੇ ਵਿੱਚ ਬਿਕੋਜ਼ ਹਸਨ ਵਾਸ ਹਰਡਲੀ ਐਵਰ ਪ੍ਰੈਜ਼ੈਂਟ ਇਨ ਦਾ ਕਲਾਸ ਬਿਕੋਜ਼ ਕਿਉਂਕਿ ਜਿਹੜਾ ਹਸਨ ਸੀ ਉਹ ਬਹੁਤ ਹੀ ਘੱਟ ਕਲਾਸ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਸੀ ਤੇ ਸਟੂਡੈਂਟ ਹਰ ਚੈਪਟਰ ਦੇ ਰਾਈਟਰ ਨੇਮ ਜ਼ਰੂਰ ਯਾਦ ਕਰੋ ਤੁਸੀਂ ਰਾਈਟਰ ਨੇਮ ਯਾਦ ਕਰਨਾ ਬਹੁਤ ਜ਼ਰੂਰੀ ਨੇ ਅਗਲਾ ਹੈ 3rd ਕੁਐਸਚਨ ਉਸ ਵਾਰ 4th ਨੰਬਰ ਤੇ ਆ ਵਾਈ ਵਾਰ ਹਸਨਸ ਪੇਰੈਂਟਸ ਕਾਲਡ ਟੂ ਸਕੂਲ ਹਸਨ ਦੇ ਪੇਰੈਂਟਸ ਨੂੰ ਸਕੂਲ ਕਿਉਂ ਬੁਲਾਇਆ ਗਿਆ ਸੀ 4th ਵੀ ਇੰਪੋਰਟੈਂਟ ਆ ਠੀਕ ਆ ਬਿਕਾਜ਼ ਹੀ ਵਾਸ ਐਨ ਇਰੈਗੂਲਰ ਸਟੂਡੈਂਟ ਕਿਉਂਕਿ ਹਸਨ ਆ ਜਿਹੜੇ ਕੀ ਇਰੈਗੂਲਰ ਸੀ ਭਾਵ ਕਿ ਜਿਹੜੇ ਕੀ ਹਸਨ ਆ ਜਿਹੜੇ ਕੀ ਰੈਗੂਲਰ ਬੱਚਾ ਨਹੀਂ ਸੀ ਇਰੈਗੂਲਰ ਸੀ ਹਮੇਸ਼ਾ ਜਿਹੜੇ ਕਿ ਉਹ ਰੈਗੂਲਰ ਸਕੂਲ ਨਹੀਂ ਜਾਂਦਾ ਸੀ ਜਿਸ ਕਰਕੇ ਉਹਦੇ ਪੇਰੈਂਟਸ ਨੂੰ ਸਕੂਲ ਬੁਲਾਇਆ ਗਿਆ ਸੀ ਤੇ تھوڑا ਤੁਸੀਂ ਇੱਕ ਵਾਰ ਜਸਟ ਰੀਡ ਜ਼ਰੂਰ ਕਰਨਾ ਠੀਕ ਹੈ ਵੈਸੇ ਇੰਨਾ ਇੰਪੋਰਟੈਂਟ ਨਹੀਂ ਹੈ ਵੀ ਹੋ ਸਕਦਾ ਕਿਸੇ ਕੁਐਸਚਨ ਦੇ ਨਾਲ ਜਿਹੜੇ ਕਿ ਅਟੈਚ ਹੋ ਕੇ ਆ ਜੇ ਵਾਈ ਕੁਡ ਦਾ ਵਾਈ ਊਡ ਦਾ ਨਰੇਟਰ ਰੈਂਡਰ اٹینڈنس ਟੂ हसन ఎవری ਟਾਈਮ हसन ਦੇ ਜਿਹੜੇ ਕਿ ਟੀਚਰ ਸੀ ਉਹ ఎవری ਟਾਈਮ ਉਹਦੀ اٹینڈنس ਕਿਉਂ ਜਿਹੜੇ ਕਿ ਉਹ ਕਰ ਦਿੰਦੇ ਸੀ ਕੰਪਲੀਟ ਹੀ ਆਲਵੇਸ ਉਹ ਹਮੇਸ਼ਾ ਬੈਗਡ ਹਿਸ اٹینڈنس ਇਨ ਅ ਵੈਰੀ ਪਲਾਈਟ ਮੈਨਰ ਤੇ ਉਹ ਬਹੁਤ ਹੀ ਪਲਾਈਟਲੀ ਜਿਹੜੇ ਕੀ ਮੈਨਰ ਦੇ ਨਾਲ ਆਪਣੀ ਅਟੈਂਡੈਂਸ ਕੰਪਲੀਟ ਕਰਨ ਦੇ ਲਈ ਜਿਹੜੇ ਕੀ ਬੈਗਡ ਕਰਦਾ ਸੀ ਮੀਨਸ ਪ੍ਰਾਰਥਨਾ ਕਰਦਾ ਸੀ ਫਿਫਥ ਵੈਰੀ ਇੰਪੋਰਟੈਂਟ ਡੂਰਿੰਗ ਵਿਚ ਡੇਜ਼ ਹਸਨ ਡੂਰਿੰਗ ਵਿਚ ਡੇਜ਼ ਵੁੱਡ ਹਸਨ ਆਫਟਨ ਸ਼ੋ ਅਪ ਇਨ ਦਾ ਕਲਾਸ ਜਿਹੜਾ ਕੀ ਅਕਸਰ ਕਿਹੜੇ ਦਿਨਾਂ ਦੇ ਵਿੱਚ ਹਸਨ ਕਲਾਸ ਵਿੱਚ ਜਿਹੜੇ ਕੀ ਸ਼ੋ ਹੁੰਦਾ ਸੀ ਵੈਨ देयर ਵਾਸ ਅ ਕਲਾਸ ਟੈਸਟ অর ਐਗਜ਼ਾਮੀਨੇਸ਼ਨ ਜਦੋਂ ਕਹਿੰਦਾ ਉੱਥੇ ਕਲਾਸ ਟੈਸਟ ਤੇ ਐਗਜ਼ਾਮ ਹੁੰਦੇ ਸੀ when there was a class test or examination ya tusi sidha innu emme vi kar sakde ho during the class test or examination during the class test and exams next apna question hai ਇਨ ਵਿਚ ਸਿਟੀ ਹਸਨ ਗਾਟ ਹਿਸ ਕੰਪਿਊਟਰ ਐਜੂਕੇਸ਼ਨ ਐਟ ਕਾਲਜ ਕਿਹੜੇ ਕਾਲਜ ਦੇ ਵਿੱਚ ਕਿਹੜੀ ਸਿਟੀ ਦੇ ਵਿੱਚ ਹਸਨ ਨੇ ਜਿਹੜੀ ਕਿ ਆਪਣਾ ਕੰਪਿਊਟਰ ਐਜੂਕੇਸ਼ਨ ਸੀ ਜਿਹੜੀ ਕਿ ਹਾਸਲ ਕੀਤੀ ਸੀ ਹਸਨ ਗਾਟ ਹਿਸ ਕੰਪਿਊਟਰ ਐਜੂਕੇਸ਼ਨ ਐਟ ਅ ਕਾਲਜ ਇਨ ਬੰਗਲੌਰ ਤਾਂ ਆਨਸਰ ਸਿਰਫ ਕਿੰਨਾ ਕੀ ਹੈ ਬੰਗਲੌਰ ਹੈ ਠੀਕ ਹੈ ਬਾਕੀ ਸਾਰਾ ਵਿੱਚੋਂ ਹੀ ਆ ਗਿਆ ਹਸਨ ਇੱਥੋਂ ਚੱਕ ਕੇ ਹਸਨ ਗਾਟ ਹਿਸ ਕੰਪਿਊਟਰ ਐਜੂਕੇਸ਼ਨ ਐਟ ਕਾਲਜ ਇਨ ਬੰਗਲੌਰ ਸਪੈਲਿੰਗ ਧਿਆਨ ਦੇ ਨਾਲ ਯਾਦ ਕਰਨੇ ਨੇ ਅਗਲਾ ਹੈ 6th ਵੀ ਐਨਾ ਕੋਈ ਖਾਸ ਇੰਪੋਰਟੈਂਟ ਨਹੀਂ ਬਟ ਤੁਸੀਂ ਰੀਡ ਜ਼ਰੂਰ ਕਰਨਾ ਵਟ ਹਸਨਸ ਮਦਰਸ ਟੂ ਹਿਸ ਫਾਦਰ ਉਹਦੇ ਫਾਦਰ ਨੂੰ ਜਿਹੜੀ ਕਿ ਉਹਨੇ ਕੀ ਕਿਹਾ ਉਹਦੀ ਮਦਰ ਨੇ ਸ਼ੀ ਟੋਲਡ ਹਿਸ ਫਾਦਰ ਥੈਟ ਹੀ ਸ਼ੁੱਡ ਹੀ ਸ਼ੁੱਡ ਟਾਕ ਟੂ ਹਸਨ ਹਰਡਲੀ ਵੀ ਉਹਨਾਂ ਨੂੰ ਸ਼ਕਤੀ ਦੇ ਨਾਲ ਉਹਦੇ ਨਾਲ ਹਸਨ ਨਾਲ ਗੱਲ ਕਰਨੀ ਚਾਹੀਦੀ ਹੈ 7th ਇੰਪੋਰਟੈਂਟ ਆ ਬਹੁਤ ਇੰਪੋਰਟੈਂਟ ਆ ਹੈ ਵਾਈ ਡਿਡ ਦਾ ਪੇਰੈਂਟ ਟੀਚਰ ਮੀਟਿੰਗ ਐਂਡ ਫਰੂਟਲੈਸਲੀ ਪੇਰੈਂਟ ਟੀਚਰ ਮੀਟਿੰਗ ਸੀ ਜਿਹੜੀ ਉਹ ਨਹੀਂ ਸਫਲ ਕਿਉਂ ਹੋਗੀ ਫਰੂਟਲੈਸਲੀ ਹੁੰਦਾ ਨਹੀਂ ਸਫਲ ਹੋਣਾ ਅਸਫਲ ਹੋਣਾ ਦਾ ਪੇਰੈਂਟ ਟੀਚਰ ਮੀਟਿੰਗ ਐਂਡ ਫਰੂਟਲੈਸਲੀ ਬਿਕੋਜ਼ ਦੇ ਕੁਡ ਨਾਟ ਡਿਸਾਈਡ ਹਾਊ ਟੂ ਕਰੈਕਟ ਹਸਨ ਤੇ ਅਗਰ ਤੁਹਾਨੂੰ ਕੁਸ਼ਚਨ ਯਾਦ ਨਹੀਂ ਹੁੰਦੇ ਤਾਂ ਇਕੋ ਲਾਈਨ ਨੂੰ ਦੋ ਵਾਰ ਪੜਿਆ ਕਰੋ ਤੇ ਫਾਸਟ ਰੀਡ ਕਰਿਆ ਕਰੋ ਜਿੰਨੀ ਫਾਸਟਲੀ ਤੁਸੀਂ ਰੀਡ ਕਰੋਗੇ ਇੰਗਲਿਸ਼ ਓਨੀ ਜਲਦੀ ਯਾਦ ਹੁੰਦੀ ਹੈ ਬਿਕੋਜ਼ ਦੇ ਕੁਡ ਨਾਟ ਡਿਸਾਈਡ ਹਾਊ ਟੂ ਹਸਨ ਕਰੈਕਟ ਬਿਕੋਜ਼ ਦੇ ਕੁਡ ਨਾਟ ਸਾਈਡ ਹਾਊ ਟੂ ਹਸਨ ਕਰੈਕਟ ਅਗੇ ਹੈ ਅਕੋਰਡਿੰਗ ਟੂ ਹਸਨ ਹੂ ਵਰ ਨਰਡਸ ਹਸਨ ਦੇ ਅਕੋਰਡਿੰਗ ਇਵ ਇੰਪੋਰਟੈਂਟਾ ਜੋ ਟਿੱਕ ਕਿਤੇ ਹੋਣ ਉਹ ਵੈਰੀ ਵੈਰੀ ਇੰਪੋਰਟੈਂਟ ਨੇ ਹਸਨ ਦੇ ਅਕੋਰਡਿੰਗ ਹੈ ਜਿਹੜੇ ਕਿ ਨਰਡਸ ਕੌਣ ਹੁੰਦੇ ਨੇ ਅਕੋਰਡਿੰਗ ਟੂ ਹਸਨ ਹਾਰਡ ਵਰਕਰਸ ਜਿਹੜੇ ਹਾਰਡ ਸਖਤ ਮਿਹਨਤ ਕਰਨ ਵਾਲੇ ਹੁੰਦੇ ਨੇ ਉਹ ਨਰਡਸ ਹੁੰਦੇ ਨੇ ਤੇ ਨਰਡਸ ਦਾ ਮੀਨਿੰਗ ਕੀ ਹੁੰਦਾ ਬੋਰਿੰਗ ਤੇ ਸਟੂਪਿਡ ਅਗਲਾ ਹੈ ਡਿਸਕ੍ਰਾਈਬ ਦਾ ਫਿਜ਼ੀਕਲ ਅਪੀਅਰੈਂਸ ਆਫ ਹਸਨ ਇਹਨੂੰ ਵੀ ਇੱਕ ਵਾਰ ਜ਼ਰੂਰ ਰੀਡ ਕਰਨਾ ਇੰਪੋਰਟੈਂਟ ਹੈ ਵੀ ਵੈਨ ਹੀ ਮੈਟ ਹਿਸ ਟੀਚਰ ਆਫਟਰ ਸੈਵਰਲ ইয়ারਸ ਬਹੁਤ ਸਾਲਾਂ ਬਾਅਦ ਜਦੋਂ ਆਪਣੇ ਟੀਚਰ ਨੂੰ ਮਿਲਿਆ ਤਾਂ ਜਿਹੜੀ ਕਿ ਉਹਦੀ ਫਿਜ਼ੀਕਲ ਅਪੀਅਰੈਂਸ ਕੀ ਸੀ ਹਸਨ ਦੀ ਹਸਨ ਵਾਸ ਐ men of 35 years ਹਸਨ ਜਿਹੜੇ ਕਿ 35 ਸਾਲਾਂ ਦਾ ਬਣ ਗਿਆ ਸੀ 35 ਸਾਲਾਂ ਦੀ ਉਹਦੀ ਏਜ ਹੋ ਗਈ ਸੀ ਫੈਟ ਤੇ ਉਹ ਪਲੰਪਸ ਪਲੰਪ ਵੀ ਲਿਖ ਸਕਦੇ ਸੀ ਫੈਟ ਵੀ ਲਿਖ ਸਕਦੇ ਹੋ ਵੀ ਉਹਦਾ ਜਿਹੜੇ ਕਿ ਮੋਟਾ ਹੋ ਗਿਆ ਸੀ bold hat and not smartly dressed ਤੇ ਉਹਦੀ ਡਰੈਸ ਜਿਹੜੀ ਕਿ ਸਮਾਰਟਲੀ ਨਹੀਂ ਸੀ ਅੱਗੇ ਹੈ ਹਾਊ ਡਿਡ ਹਸਨ ਸਟੱਡੀ ਵੈਨ ਹੀ ਵਾਸ ਇਨ ਹਿਸ ਕਾਲਜ ਜਦੋਂ ਆਪਣੇ ਕਾਲਜ ਦੇ ਵਿੱਚ ਸੀ ਤਾਂ ਕਿਵੇਂ ਸਟੱਡੀ ਕਰਦਾ ਸੀ ਹੀ ਸਟੱਡੀਡ ਓਨਲੀ ਇੰਪੋਰਟੈਂਟ ਕੁਐਸਚਨਸ ਉਹ ਸਿਰਫ ਇੰਪੋਰਟੈਂਟ ਕੁਐਸਚਨਸ ਆ ਜਿਹੜੇ ਕਿ ਰੀਡ ਕਰਦਾ ਸੀ ਇਹਨੂੰ ਵੀ ਇੱਕ ਵਾਰ ਜ਼ਰੂਰ ਰੀਡ ਕਰਨਾ ਵਾਈ ਡਿਡ ਹਸਨ ਸਟਾਰਟ ਲੀਵਿੰਗ ਸੈਪਰੇਟਲੀ ਹਸਨ ਨੇ ਅਲੱਗ ਰਹਿਣਾ ਕਿਉਂ ਜਿਹੜੇ ਕਿ ਸ਼ੁਰੂ ਕਰਤਾ ਸੀ ਤੇ ਇਹ ਕੁਸ਼ਨ ਐ ਵੀ ਵੱਜਦਾ ਕੀ हसन ਨੂੰ ਕਿਸ ਨੇ ਕਿਹਾ ਸੀ ਕਿ ਸੈਪਰੇਟ ਰਹੇ ਤਾਂ हसन ਦੇ ਫਾਦਰ ਨੇ ਕਿਹਾ ਸੀ ਹੀ 스타ਟਰ ਲੀਵਿੰਗ ਸੈਪਰੇਟਲੀ ਬਿਕੋਜ਼ ਆਫ ਹਿਸ ਕਰੋਇਲ ਸਮ ਨੇਚਰ ਕਿਉਂਕਿ ਉਹਦਾ ਝਗੜਾਲੂ ਜਿਹੜਾ ਸੁਭਾਅ ਕਰਕੇ ਉਹਨੇ ਅਲੱਗ ਰਹਿਣਾ ਸ਼ੁਰੂ ਕਰਤਾ ਸੀ ਵਟ ਮੇਡ हसन ਫੀਲ ਆਪਟੀਮਿਸਟਿਕ ਐਸ ਹੀ ਲਿਫਟ ਦ ਅਨਰੇਟਰ ਅਨਰੇਟਰਸ ਆਫਿਸ ਤਾਂ हसन ਨੇ ਕੀ ਆਪਟੀਮਿਸਟਿਕ ਹੁੰਦਾ ਆਸ਼ਾਵਾਦੀ ਕੀ ਮਹਿਸੂਸ ਕੀਤਾ ਜਦੋਂ ਨੇਰੇਟਰ ਦਾ ਜਿਹੜੇ ਕਿ ਆਫਿਸ ਛੱਡਿਆ ਹਸਨ ਫੈਲਟ ਆਪਟੀਮਿਸਟਿਕ ਐਸ ਦਾ ਨੇਰੇਟਰ ਟੋਲਡ ਹਿਮ ਥੈਟ ਹੀ ਕੁਡ ਚੇਂਜ ਹਿਸ ਹੈਬਿਟਸ ਜਦੋਂ ਹਸਨ ਦੇ ਟੀਚਰ ਨੇ ਉਹਨਾਂ ਨੂੰ ਕਿਹਾ ਕਿ ਕਿ ਹੀ ਕੁਡ ਚੇਂਜ ਹਿਸ ਹੈਬਿਟਸ ਵੀ ਉਹ ਆਪਣੇ ਹੈਬਿਟਸ ਨਾਲ ਜਿਹੜੇ ਕਿ ਚੇਂਜ ਕਰ ਸਕਦਾ ਵੀ ਕੋਈ ਵੀ ਚੀਜ਼ ਨਾ ਮੁਮਕਿਨ ਨਹੀਂ ਹੁੰਦੀ ਸਾਰੀਆਂ ਚੀਜ਼ਾਂ ਜਿਹੜੇ ਕਿ ਹੈਬਿਟਸ ਵਗੈਰਾ ਵੀ ਚੇਂਜ ਹੋ ਜਾਂਦੀਆਂ ਨੇ ਕੁਡ ਅਗਲਾ ਹੈ ਮਾਰਚ ਕਿੰਗ ਦੇ ਵਿੱਚੋਂ ਜਿੰਨਾ ਤੇ ਇੰਪੋਰਟੈਂਟ ਲਿਖਿਆ ਹੋਇਆ ਟਿੱਕ ਲੱਗਿਆ ਹੋਇਆ ਠੀਕ ਹੈ ਉਹ ਇੰਪੋਰਟੈਂਟ ਨੇ ਮੋਸਟ ਇੰਪੋਰਟੈਂਟ ਨੇ ਉਹ ਬਾਕੀ ਮੈਂ ਤੁਹਾਨੂੰ ਨਾਲ ਦੀ ਨਾਲ ਦੱਸਦੀ ਰਹੀਆਂ ਅਗਲਾ ਹੈ ਵਾਟ ਚੈਪਟਰ ਨੰਬਰ 2 ਨਾ ਮਾਰਚ ਕਿੰਗ ਦੇ ਵਿੱਚੋਂ ਵਾਈ ਡਿਡ ਫਲਿੱਪ ਵਾਂਟ ਟੂ ਬੀਕਮ ਵੈਨ ਹੀ ਵਾਸ ਅ ਚਾਈਲਡ ਵਾਟ ਡਿਡ ਜਿਹੜਾ ਕਿ ਫਲਿੱਪ ਕੀ ਬਣਨਾ ਚਾਹੁੰਦਾ ਸੀ ਹੀ ਵਾਂਟਡ ਟੂ ਬੀਕਮ ਅ 뮤జిਸ਼ੀਅਨ ਐਜ਼ ਅ ਚਾਈਲਡ ਜਦੋਂ ਉਹ ਬੱਚਾ ਸੀ ਤਾਂ ਉਹ 뮤జిਸ਼ੀਅਨ ਬਣਨਾ ਚਾਹੁੰਦਾ ਸੀ ਵਾਈ ਡਿਡ ਫਲਿੱਪ ਲਰਨ ਵਾਇਲਨ ਕੁਇਕਲੀ ਤੇ ਉਹਨਾਂ ਨੇ ਕਿਉਂ ਜਲਦੀ ਵਾਇਲਨ ਜਿਹੜੇ ਕਿ ਵਜਾਉਣਾ ਸਿੱਖ ਲਿਆ ਸੀ ਬਿਕੋਜ਼ ਬਿਕੋਜ਼ ਫਲਿੱਪ ਵਾਸ ਟੈਲੈਂਟਡ ਕਿਉਂਕਿ ਉਹ ਉਹਦੇ ਵਿੱਚ ਟੈਲੈਂਟਡ ਸੀ ਉਹ ਟੈਲੈਂਟ ਪਾਇਆ ਜਾਂਦਾ ਸੀ ਐਂਡ ਆਲਵੇਜ਼ ਇਜ਼ ਟੂ ਲਰਨ ਤੇ ਉਹਨੂੰ ਸਿੱਖਣ ਦੇ ਲਈ ਹਮੇਸ਼ਾ ਉਤਸੁਕ ਰਹਿੰਦਾ ਸੀ ਉਹ ਅਗਲਾ 3ਵੀਂ ਇੰਪੋਰਟੈਂਟ ਆ ਵਾਈ ਡਿਡ ਫਲਿੱਪ ਗੈਟ ਇਨਟੂ ਟ੍ਰਬਲ ਔਨ ਦਾ ਡੇ ਆਫ ਦਾ ਕਨਸਰਟ ਜਿਹੜੇ ਕਿ ਅ ਟਰਵਲ ਹੋ ਗਿਆ ਮੁਸੀਬਤ ਦੇ ਵਿੱਚ ਕਿਉਂ ਫਸ ਗਿਆ ਸੀ ਉਹ ਸ਼ੋਅ ਵਾਲੇ ਦਿਨ ਕਨਸਰਟ ਵਾਲੇ ਦਿਨ ਹੀ ਗਾਟ ਇਨਟੂ ਟਰਵਲ ਬਿਕਾਜ਼ ਹੀ ਹੈਡ ਟੂ ਵੇਅਰ ਅ ਲਾਰਜ ਸ਼ਰਟ ਫੋਰ ਹਿਸ ਪਰਫਾਰਮੈਂਸ ਕਿਉਂਕਿ ਉਹਨੇ ਆਪਣੀ ਪਰਫਾਰਮੈਂਸ ਦੇ ਲਈ ਇੱਕ ਬਹੁਤ ਜਿਹੜੀ ਲੰਬੀ ਸ਼ਰਟ ਪਾ ਲਈ ਸੀ ਉਹ ਕਿਉਂ ਪਾ ਲਈ ਸੀ ਕਿਉਂਕਿ ਉਸ ਦਿਨ ਜਿਸ ਦਿਨ ਉਹਦਾ ਸ਼ੋਅ ਸੀ ਉਹਨੂੰ ਜਿਹੜੇ ਕਿ ਬੇਸਬਾਲ ਖੇਡਣ ਚਲਾ ਜਾਂਦਾ ਤਾਂ ਉਹਦੇ ਵਿੱਚ ਜਿਹੜੀ ਉਹਦੀ ਵਾਈਟ ਸ਼ਰਟ ਹੁੰਦੀ ਉਹ ਕਲਿੱਕੇ ਸ਼ਰਟ ਹੁੰਦੀ ਉਹ ਖਰਾਬ ਹੋ ਜਾਂਦੀ ਆ ਤਾਂ ਜਿਸ ਕਰਕੇ ਉਹਦੇ ਕੋਲ ਕੋਈ ਹੁੰਦੀ ਨਹੀਂ ਸ਼ਰਟ ਦੈਨ ਉਹਦਾ ਟੀਚਰ ਦੇ ਜਿਹੜੇ ਕਿ ਟੀਚਰ ਸੀ 뮤직 ਟੀਚਰ ਉਹਨਾਂ ਦੇ ਵਾਈਫ ਨੇ ਉਹਨਾਂ ਦੇ ਜਿਹੜੇ ਕਿ ਹਸਬੰਡ ਦੀ ਸ਼ਰਟ ਲੰਬੀ ਸ਼ਰਟ ਉਹਦੇ ਪਹਿਨਾਈ ਸੀ ਪਿੰਨ ਅਪ ਕਰਕੇ ਬਟ ਉਹ ਸ਼ਰਟ ਹੈ ਜਿਹੜੀ ਕਿ ਲੰਬੀ ਸੀ ਤੇ ਉਹ ਡਿੱਗੀ ਸੀ ਜਿਸ ਕਰਕੇ ਉਹ ਸ਼ੋਅ ਦੇ ਦੌਰਾਨ ਜਿਹੜੇ ਕਿ ਮੁਸੀਬਤ ਦੇ ਵਿੱਚ ਫਸ ਗਿਆ ਸੀ ਐਂਡ ਇਟ ਫੈਲ ਅਵੇ ਤੇ ਉਹ ਲੰਬੀ ਸ਼ਰਟ ਹੈ ਜਿਹੜੀ ਕਿ ਤੇ ਪਿੰਨ ਲੂਜ਼ ਹੋ ਗਏ ਦੈਨ ਉਹ ਸ਼ਰਟ ਹੈ ਜਿਹੜੀ ਕਿ ਡਿੱਗੀ ਸੀ ਜਿਸ ਕਰਕੇ ਉਹ ਮੁਸੀਬਤ ਦੇ ਵਿੱਚ ਫਸ ਗਿਆ ਸੀ ਅਗੇ ਹਾਊ ਡਿਡ ਫਲਿੱਪ ਮੈਨ ਅਸ ਟੂ ਗੈਟ ਅ ਕਲੀਨ ਸ਼ਰਟ ਫਿਲਿਪ ਨੇ ਜਿਹੜੇ ਕਿ ਇੱਕ ਚਿੱਟੀ ਕਮੀਜ਼ ਹਾਸਲ ਕਰਨ ਦੇ ਵਿੱਚ ਕਿਵੇਂ ਉਹ ਸਫਲ ਹੋਇਆ ਫਿਲਿਪ ਗਾਟ ਇਟ ਫਰਮ ਹਿਸ 뮤జిక్ 뮤జిక్ ਟੀਚਰਸ ਵਾਈਫ ਉਹਨੇ ਆਪਣੇ ਜਿਹੜੇ ਕਿ 뮤జిక్ ਟੀਚਰ ਦੇ ਜਿਹੜੇ ਵਾਈਫ ਸੀ ਉਹਨਾਂ ਤੋਂ ਉਹ ਸ਼ਰਟ ਲਈ ਮਿਸਿਸ ਸਪੋਟਾ ਤੋਂ ਸ਼ੀ ਫਿਟਟਡ ਦਾ ਸ਼ਰਟ ਔਨ ਹਿਸ ਬੋਡੀ ਵਿਦ ਪਿੰਸ ਤੇ ਉਹਨਾਂ ਨੇ ਇਹ ਸ਼ਰਟ ਉਹਦੀ ਬੋਡੀ ਤੇ ਪਿੰਸ ਦੇ ਨਾਲ ਜਿਹੜੇ ਕਿ ਫਿਟ ਕਰਦੀ ਸੀ ਫੋਰਥ ਇੰਪੋਰਟੈਂਟ ਆ ਫਿਫਥ ਵੀ ਵਾਟ ਮੇਡ ਦਾ ਕਨਸਰਟ ਆਫ ਅ ਫਲੋਪ ਫਲੋਪ ਸ਼ੋਅ ਜਿਹੜੇ ਕਿ ਸ਼ੋਅ ਕਿਵੇਂ ਅ ਅਸਫਲ ਹੋ ਗਿਆ ਤਾਂ ਫਲਿੱਪਸ ਲਾਰਜ ਸ਼ਰਟ ਫੈਲ ਅਵੇ ਫਲਿੱਪ ਦੀ ਜਿਹੜੀ ਲਾਰਜ ਸ਼ਰਟ ਸੀ ਲੰਬੀ ਸ਼ਰਟ ਸੀ ਉਹ ਡਿੱਗੀ ਐਂਡ ਪਬਲਿਕ ਵੀ ਗੇਨ ਟੂ ਲਾਫ ਤੇ ਪਬਲਿਕ ਨੂੰ ਤੁਸੀਂ ਆਡੀਅנס ਵੀ ਲਿਖ ਸਕਦੇ ਹੋ ਆਡੀਅנס ਜਿਹੜੇ ਉੱਥੇ ਬੈਠੇ ਸੀ ਉਹਦਾ ਸ਼ੋਅ ਦੇਖਣ ਲਈ ਉਹ ਹੱਸਣ ਲੱਗੇ ਫਲਿੱਪ ਫੋਰਗਟ ਵਟ ਹੀ ਵਾਸ ਪਲੇਇੰਗ ਤੇ ਫਲਿੱਪਾ ਜਿਹੜਾ ਕਿ ਭੁੱਲ ਗਿਆ ਵੀ ਕੀ ਕਰਨ ਆਇਆ ਔਰੇ ਕੀ ਪਲੇ ਕਰਨ ਆਇਆ ਹੀ ਰਸ਼ਡ ਆਫ ਦਾ ਸਟੇਜ ਤੇ ਉਹ ਉੱਥੋਂ ਦੌੜ ਗਿਆ ਦੀ ਇੱਥੇ ਤੱਕ ਵੀ ਕਲਾ ਕਰ ਸਕਦੇ ਦਨ 6th ਕੁਐਸਚਨ ਵਟ ਡਿਡ ਫਲਿੱਪ ਟੇਕ ਅਪ ਆਫਟਰ ਹਿਸ ਫੇਲਿਅਰ ਔਨ ਦਾ ਕਨਸਰਟ ਸਟੇਜ ਜਿਹੜਾ ਉਹਦਾ ਸ਼ੋ ਸੀ ਜਦੋਂ ਉਹ ਅਸਫਲ ਹੋ ਗਿਆ ਦੈਨ ਉਹਨੇ ਫਿਰ ਜਿਹੜੇ ਕੀ ਕੀ ਕਰਨਾ ਸ਼ੁਰੂ ਕੀਤਾ ਕੀ ਸ਼ੁਰੂ ਕੀਤਾ ਫਲਿੱਪ ਸਟਾਰਟਡ ਵਰਕਿੰਗ ਇਨ ਅ ਬੇਕਰੀ ਫਲਿੱਪ ਨੇ ਬੇਕਰੀ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਤਾ ਇਹ ਵੈਰੀ ਜਿਹੜੇ ਸ਼ਾਰਟ ਨੇ ਉਹਨਾਂ ਕੁਐਸਚਨ ਲਈ ਵੀ ਇੰਪੋਰਟੈਂਟ ਨਹੀਂ अगला है वाई कु डोंट फ्लिप वर्क एट अ बेकरी फ्लिपा जी कि बेकरी के बीच कम क्यों नहीं कर सकिया ही प्रैफर टू अ डैथ ही प्रैफर डैथ टू डूइंग ट्राइंग वर्क एट अ बेकरी ਤੇ ਕਿਉਂਕਿ ਉਹ ਬੇકરી ਦੇ ਵਿੱਚ ਥਕਾਵਟ ਵਾਲਾ ਜਿਹੜੇ ਕਿ ਕੰਮ ਕਰਨ ਦੇ ਜਗਤ ਉਹ ਮਰ ਜਾਣੇ ਪਸੰਦ ਕਰਦਾ ਸੀ ਤੁਸੀਂ ਇਸ ਲਾਈਨ ਨੂੰ ਐਵੇਂ ਵੀ ਕਰ ਸਕਦੇ ਹੋ বিকੋਜ਼ ਹਿਸ ਵਰਕ ਇਨ ਬੇકરી ਵਾਸ ਵੈਰੀ ਟਾਇਰਿੰਗ ਬਹੁਤ ਜ਼ਿਆਦਾ ਥਕਾਵਟ ਵਾਲਾ ਕੰਮ ਸੀ ਉਹ ਤਾਂ ਕਰਕੇ ਉਹ ਉਹਨੂੰ ਕਰ ਨਹੀਂ ਪਾਇਆ ਠੀਕ बिकॉज ਹਿਸ ਹਿਸ ਵਰਕ ਐਟ ਇਨ ਬੇਕਰੀ बिकॉज ਹਿਸ ਵਰਕ ਇਨ ਬੇਕਰੀ ਆ ਵਾਸ ਵੈਰੀ ਟਰਾਇੰਗ ਵਾਸ ਵੈਰੀ ਟਰਾਇੰਗ ਕਿਉਂਕਿ ਬਹੁਤ ਜ਼ਿਆਦਾ ਟਕਾਊਟ ਵਾਲਾ ਕੰਮ ਸੀ ਮੈਂ ਇਹਦੇ ਦੁਬਾਰਾ ਵੀ ਲਿਖਤਾ ਤੁਸੀ ਇਹਨੂੰ ਵੀ ਦੇਖ ਸਕਦੇ ਹੋ ਠੀਕ ਹੈ ਅਗਲਾ ਹੈ ਆਪਣਾ ਕੁਐਸਚਨ ਨੰਬਰ 8 ਵਾਲਾ ਤੁਸੀਂ ਜਸਟ ਰੀਡ ਕਰਨਾ ਵਾਈ ਡਿਡ ਫਲਿੱਪ ਫਾਦਰ ਟੇਕ ਹਿਮ ਫੋਰ ਅ ਵਾਕ ਉਹਦਾ ਫਾਦਰ ਹੈ ਜਿਹੜਾ ਕਿ ਉਹਨੂੰ ਸੈਰ ਕਰਨ ਲਈ ਕਿਉਂ ਲੈ ਕੇ ਗਿਆ ਹੀ ਵਾਂਟਡ ਟੂ ਟੇਕ ਫਲਿੱਪ ਟੂ ਸਟੱਡੀ ਇਨ ਦਾ ਮੈਰੀਨਾ ਬੈਂਡ ਕਿਉਂਕਿ ਉਹ ਉਹਨੂੰ ਦੱਸਣਾ ਚਾਹੁੰਦੇ ਸੀ ਕਿ ਉਹਨੂੰ ਮੈਰੀਨਾ ਬੈਂਡ ਦੇ ਵਿੱਚ ਜਿਹੜੀ ਕਿ ਸਟੱਡੀ ਇਹ ਕਰਨੀ ਚਾਹੀਦੀ ਆ ਹਾਊ ਵਾਸ ਫਲਿੱਪ ਲਰਡ ਟੂ ਵਰਕ ਇਨ ਅ ਸਰਕਸ ਤੇ ਵੀ ਇੰਪੋਰਟੈਂਟ ਆ ਕੁਐਸਚਨ 9th ਨੰਬਰ ਵਾਲਾ ਵੀ ਫਲਿੱਪ ਨੂੰ ਜਿਹੜੀ ਕਿ ਸਰਕਸ ਦੇ ਵਿੱਚ ਕੰਮ ਕਰਨ ਲਈ ਕਿਵੇਂ ਫਸਲਾਇਆ ਗਿਆ ਠੀਕ ਹੈ ਦਾ ਲੀਡਰ ਆਫ ਅ ਬੈਂਡ ਇਨ ਸਰਕਸ told flip to work in a traveling circus as he could play on the violin very well and have a very good life ta ohnu jehde ki eh keh ke jehde ki ohde vich leke jaya gaya eh keh ke ki jehde ki marina band de leader ne flip nu kiah ki oh chaldi fil chaldi firdi jehdi traveling circus <laughs> oh hundi hai ve ohde vich kam kar love kyunki oh violin bahut changi tarah baja sakda hai te ohda jeevan jehde ki circus de vich bahut vadiya houga ਅਗਲਾ ਨੰਬਰ 10 ਵਾਲਾ ਵੈਰੀ ਇੰਪੋਰਟੈਂਟ ਹਾਊ واਜ਼ ਫਲੀਪ ਫਲੀਪਰ ਸਕਸੈਸਫੁਲ ਐਸ ਦਾ ਲੀਡਰ ਆਫ ਅ ਮੈਰੀਨਾ ਬੈਂਡ ਤਾਂ ਮੈਰੀਨਾ ਬੈਂਡ ਦੇ ਲੀਡਰ ਦੇ ਤੌਰ ਤੇ ਫਲੀਪ ਕਿਵੇਂ ਸਫਲ ਹੋਇਆ ਐਸ ਦਾ ਲੀਡਰ ਆਫ ਅ ਮੈਰੀਨਾ ਬੈਂਡ ਹੀ ਬੀਕਮ ਹੀ ਬੀਕਮ ਨੋਨ ਐਸ ਦਾ ਮਾਰਚ ਕਿੰਗ ਹੀ ਐਂਡ ਹੀ ਕੰਪੋਜ਼ਡ ਅ ਫੇਮਸ ਵਾਸ ਸਟਿੰਗਨ ਪੋਸਟ ਵਾਸ ਸਟਿੰਗਨ ਪੋਸਟ ਇੱਕ ਨਿਊਜ਼ਪੇਪਰ ਹੈ ਠੀਕ ਹੈ ਮੈਰੀਨਾ ਬੈਂਡ ਦੇ ਨੇਤਾ ਰੂਪ ਦੇ ਵਿੱਚ ਜਿਹੜੇ ਕਿ ਮਾਰਚ ਕਿੰਗ ਦੇ ਅਹੁਦੇ ਦੇ ਨਾਲ ਹੈ ਜਿਹੜੇ ਕਿ ਉਹ ਪ੍ਰਸਿੱਧ ਹੋਇਆ ਫੇਮਸ ਹੋਇਆ ਤੇ ਉਹਨੇ ਇੱਕ ਬਹੁਤ ਹੀ ਜਿਹੜਾ ਪ੍ਰਸਿੱਧ ਜਿਹੜਾ ਕਿ ਮਾਰਚ ਕੰਪੋਜ਼ਿਟ ਕੀਤਾ ਜਿਸ ਨੂੰ ਬਸ ਟਿੰਗਰ ਪੋਸਟ ਜਿਹੜੇ ਕਿ ਕਹਿੰਦੇ ਨੇ ਦਨ 3rd ਚੈਪਟਰ ਆਪਣਾ 3rd ਚੈਪਟਰ ਹੈਗਾ ਥਿੰਕਿੰਗ ਆਊਟ ਆਫ ਦਾ ਬਾਕਸ ਲੈਟਰਲ ਥਿੰਕਿੰਗ ਠੀਕ ਹੈ ਤੇ ਇਸ ਦਾ ਫਰਸਟ ਕੁਐਸਚਨ ਵਟ ਵਾਸ ਦਾ ਪ੍ਰਪੋਜ਼ਲ 기ਵਨ ਟੂ ਦਾ ਪੂਰ ਫਾਰਮਰ ਬਾਏ ਦਾ ਮਨੀ ਲੈਂਡਰ ਜਿਹੜੇ ਕਿ ਮਨੀ ਲੈਂਡਰ ਅ ਦੁਆਰਾ ਮਨੀ ਲੈਂਡਰ ਹੋਗਾ ਜ਼ਿੰਮੇਦਾਰ ਉਹਦੇ ਦੁਆਰਾ ਜਿਹੜੀ ਕਿ ਪੂਰ ਜਿਹੜਾ ਫਾਰਮਰ ਸੀ ਉਹਨੂੰ ਕੀ ਪ੍ਰਪੋਜ਼ਲ ਦਿੱਤਾ ਗਿਆ ਕਿ ਪ੍ਰਸਤਾਵ ਰੱਖਿਆ ਗਿਆ ਦਾ ਪ੍ਰਪੋਜ਼ਲ ਵਾਸ 댓 ਹੀ ਊਡ ਹੀ ਊਡ ਰਾਈਟ ਆਫ ਦਾ ਫਾਰਮਰਸ ਡੈਟ ਇਫ ਹੀ ਕੁਡ ਮੈਰੀ ਹਿਸ ਡਾਟਰ ਉਹਨੇ ਕਿਹਾ ਵੀ ਜਿਹੜਾ ਉਹਦੇ ਤੇ ਕਰਜ਼ਾ ਚੜਿਆ ਹੋਇਆ ਉਹ ਉਸਨੂੰ ਮਾਫ ਕਰ ਦੇਊਗਾ ਉਹਦੇ ਲਾਈਨ ਲਗਾ ਦਊਗਾ ਵੀ ਜੇ ਉਹਨੇ ਉਹਦੀ ਬੇਟੀ ਦੀ ਜਿਹੜੀ ਮੈਰिज ਉਹਦੇ ਨਾਲ ਕਰ ਦਿੱਤੀ ਇੰਪੋਰਟੈਂਟ ਨੇ ਜਿੰਨਾ ਤੇ ਇੰਪੋਰਟੈਂਟ ਲਿਖਿਆ ਹੋਇਆ ਉਹ ਇੰਪੋਰਟੈਂਟ ਨੇ ਅੱਗੇ ਹੈ ਵਟ ਵੁੱਡ ਹੈਵ ਹੈਪਨਡ ਇਫ ਦਾ ਗਰਲ ਹੈਡ ਸਿਲੈਕਟਡ ਅ ਬਲੈਕ ਪੇਬਲ ਇਨ ਦਾ ਪੇਬਲ ਗੇਮ ਤਾਂ ਕੀ ਵਾਪਰ ਜਾਂਦਾ ਜੇ ਕੁੜੀ ਜਿਹੜੀ ਕਿ ਬਲੈਕ ਪੇਬਲ ਚੱਕ ਲੰਦੀ ਪੇਬਲ ਗੇਮ ਦੇ ਵਿੱਚੋਂ ਸ਼ੀ ਵੁੱਡ ਹੈਵ ਬਿਕਮ ਦਾ ਮਨੀ ਲੈਂਡਰਸ ਵਾਈਫ ਤਾਂ ਉਹ ਮਨੀ ਲੈਂਡਰ ਦੀ ਜਿਹੜੀ ਕਿ ਵਾਈਫ ਬਣ ਜਾਣੀ ਸੀ ਐਂਡ ਹਰ ਫਾਦਰਸ ਡੈਵਟ ਵੁੱਡ ਹੈਵ ਬੀਨ ਰਿਟਨ ਆਫ ਤੇ ਉਹਦੇ ਫਾਦਰ ਦਾ ਜਿਹੜਾ ਕਰਜ਼ਾ ਸੀ ਉਹ ਵੀ ਹਟ ਜਾਣਾ ਸੀ ਮਾਫ ਹੋ ਜਾਣਾ ਸੀ ਨੈਕਸਟ ਕੁਐਸਚਨ ਹੈ ਵਟ ਟ੍ਰਿਕ ਡਿਡ ਦਾ ਮਨੀ ਲੈਂਡਰਸ ਕਨਿੰਗਲੀ ਪਲੇ ਟੂ ਵਿਨ ਦਾ ਗੇਮ ਕੰਨਿੰਗਲੀ ਹੋ ਗਿਆ ਚਲਾਕੀ ਦੇ ਨਾਲ ਜਿਹੜੇ ਕਿ ਉਹਨੇ ਕੀ ਗੇਮ ਨੂੰ ਜਿੱਤਣ ਦੀ ਜਿਹੜੀ ਕੋਸ਼ਿਸ਼ ਕੀਤੀ ਤਾਂ ਕਿਹੜੀ ਚਾਲ ਚੱਲੀ ਦਾ ਮਨੀ ਲੈਂਡਰ ਪਿਕਡ ਅਪ ਦਾ ਟੂ ਬਲੈਕ ਪੇਬਲ ਫਰੋਮ ਦਾ ਪੇਬਲ ਕਵਰਡ ਪਾਥ ਤਾਂ ਜਿਹੜੇ ਕਿ ਮਨੀ ਲੈਂਡਰ ਨੇ ਕੰਕਰਾਂ ਦੇ ਨਾਲ ਟਕੇ ਹੋ ਜਿਹੜਾ ਮਾਰਗ ਸੀ ਉਹ ਤੋਂ ਦੋ ਪੇਬਲ ਆ ਜਿਹੜੇ ਕਿ ਚੱਕੇ ਐਂਡ ਪੁਟ ਥੈਮ ਇਨਟੂ ਦਾ ਬੈਗ ਤੇ ਉਹਨੇ ਦੋਨੋਂ ਹੀ ਉਹਦੇ ਵਿੱਚ ਮੀਨਸ ਜਿਹੜਾ ਥੈਲਾ ਸੀ ਉਹ ਥੈਲੇ ਦੇ ਵਿੱਚ ਉਹਨੇ ਦੋਨੋਂ ਹੀ ਜਿਹੜੇ ਕਿ ਕਾਲੇ ਪੱਥਰ ਪਾਤੇ ਸੀ ਤਾਂ ਉਹਦੇ ਵਿੱਚੋਂ ਇਹ ਸੀ ਵੀ ਅਗਰ ਕੁੜੀ ਬਲੈਕ ਚੱਕ ਲੂਗੀ ਤਾਂ ਵੀ ਉਹ ਜਿਹੜੀ ਕੋਈ ਦੀ ਮੈਰिज ਹੋ ਜਾਣੀ ਆ ਤਾਂ ਉਹਦੇ ਵਿੱਚ ਇਹ ਸੀ ਵੀ ਕੁੜੀ ਨੂੰ ਕਿਹੜਾ ਚੱਕਣਾ ਪੈਣਾ ਸੀ ਵਾਈਟ ਬਟ ਉਹਦੇ ਵਿੱਚ ਉਹਨੇ ਦੋਨੋਂ ਹੀ ਬਲੈਕ ਪਾਤੇ ਸੀ ਤਾਂ ਕੁੜੀ ਨੇ ਵੀ ਜਿਹੜੇ ਕਿ ਇੱਕ ਚਲਾਕੀ ਦੇ ਨਾਲ ਜਿਹੜਾ ਉੱਥੋਂ ਪੱਥਰ ਚੁੱਕਿਆ ਸੀ ਉਹਨੂੰ ਜਿਹੜੀ ਕਿ ਢੇਰ ਦੇ ਸਿੜਤਾ ਦਾ ਵਿੱਚ ਕਿਹੜਾ ਰਹਿ ਗਿਆ ਸੀ ਇੱਕ ਬਲੈਕ ਰਹਿ ਗਿਆ ਸੀ ਇਟ ਮੀਨਸ ਕਿ ਸਾਰਿਆਂ ਦੇ ਸਾਹਮਣੇ ਇਹ ਸ਼ੋਅ ਹੋਇਆ ਕਿ ਉਹਨੇ ਵਾਈਟ ਪੱਥਰ ਚੱਕਿਆ ਠੀਕ ਹੈ ਵੀ ਵਿੱਚ ਜਿਹੜਾ ਬਲੈਕ ਰਹਿ ਗਿਆ ਜਦਕਿ ਉਹਨੇ ਆਲਰੇਡੀ ਦੋਨੋਂ ਹੀ ਬਲੈਕ ਪਾਏ ਸੀ ਅਗਲਾ ਹੈ ਹਾਉ ਡਿਡ ਦਾ ਗਰਲ ਇੰਟੈਲੀਜੈਂਟਲੀ ਵਿਨ 3 ਤੇ 4 ਫਰਸਟ ਤੋਂ ਲੈ ਕੇ ਫੋਰਥ ਤੱਕ ਇੰਪੋਰਟੈਂਟ ਨੇ ਅ ਜਿਹੜੀ ਕਿ ਗਰਲ ਉਹ ਆਪਣੀ ਜਿਹੜੀ ਕਿ ਅਕਲਮੰਦੀ ਦੇ ਨਾਲ ਇੰਟੈਲੀਜੈਂਟਲੀ ਕਿਵੇਂ ਜਿੱਤੀ ਦਾ ਗਰਲ ਲੈਫਟ ਦਾ ਬਲੈਕ ਪੇਬਲ ਇਨ ਦਾ ਬੈਗ ਕੁੜੀ ਨੇ ਜਿਹੜੀ ਕਿ ਉਹ ਬਲੈਕ ਪੱਥਰ ਸੀ ਉਹ ਉਹ ਦੇ ਵਿੱਚ ਬੈਗ ਚ ਛੱਡਤਾ ਐਂਡ ਚੇਂਜ ਦਾ ਇੰਪੋਸੀਬਲ ਸਿਚੁਏਸ਼ਨ ਇਨਟੂ ਪੋਸੀਬਲ ਸਿਚੁਏਸ਼ਨ ਤੇ ਉਹਨੇ ਇੱਕ ਅਸੰਭਵ ਸਥਿਤੀ ਨੂੰ ਸੰਭਵ ਸਥਿਤੀ ਦੇ ਵਿੱਚ ਬਦਲਤਾ ਫਿਫਥ ਵੀ ਇੰਪੋਰਟੈਂਟ ਆ ਵਰਡ ਡੂ ਯੂ ਅੰਡਰਸਟੈਂਡ ਬਾਈ ਦਾ ਟਰਮ ਲੈਟਰਲ ਥਿੰਕਿੰਗ ਆਫਟਰ ਦਾ ਰੀਡਿੰਗ ਉੰਦਾ ਚੈਪਟਰ ਤੁਸੀਂ ਇਸ ਚੈਪਟਰ ਨੂੰ ਰੀਡ ਕਰਨ ਤੋਂ ਬਾਅਦ ਲੈਟਰਲ ਥਿੰਕਿੰਗ ਬਾਰੇ ਕੀ ਸੋਚਦੇ ਹੋ ਕਿ ਲੈਟਰਲ ਥਿੰਕਿੰਗ ਇਜ਼ ਅ ਕ੍ਰੀਟਿਵ ਥਿੰਕਿੰਗ ਲੈਟਰਲ ਥਿੰਕਿੰਗ ਇਜ਼ ਜਿਹੜੇ ਕਿ ਇਹ ਕ੍ਰੀਟਿਵ ਥਿੰਕਿੰਗ ਹੈ ਕ੍ਰੀਟਿਵ ਹੋ ਗਿਆ ਰਚਨਾਤਮਕ ਇਟ ਇਜ਼ ਅ ਥਿੰਕਿੰਗ ਡਿਫਰੈਂਟਲੀ ਤੇ ਇਹ ਅਲੱਗ ਤਰੀਕੇ ਦੀ ਸੋਚ ਹੈ ਔਰ ਡੂਇੰਗ ਸਮਥਿੰਗ ਡਿਫਰੈਂਟਲੀ ਜਸ ਸਮਥਿੰਗ ਨਿਊ ਵੀ ਲਿਖ ਸਕਦੇ ਹੋ ਕੁਝ ਅਲੱਗ ਕਰਨਾ ਠੀਕ ਹੈ ਕੁਝ ਅਲੱਗ ਕਰਨਾ ਇਟ ਇਜ਼ ਐਨ ਆਰਟ ਤੇ ਇਹ ਇੱਕ ਕਲਾ ਹੈ ਸਿਕਸਥੀ ਇੰਪੋਰਟੈਂਟ ਆ ਵਟ ਵਾਸ ਦ ਐਡਵਰਡ ਬੋਨੋ ਨੋਸ਼ਨ ਅਬਾਊਟ ਲੈਟਰਲ ਥਿੰਕਿੰਗ ਜਿਹੜੇ ਕਿ ਐਡਵਰਡ ਐਡਵਰਡ ਬੋਨੋ ਦਾ ਕੀ ਵਿਚਾਰ ਆ ਇਸਦੇ ਬਾਰੇ ਲੈਟਰਲ ਥਿੰਕਿੰਗ ਇਜ਼ ਅ ਸਕਿੱਲ ਅਕੋਰਡਿੰਗ ਟੂ ਲੈਟਰਲ ਥਿੰਕਿੰਗ ਇਜ਼ ਅ ਸਕਿੱਲ ਇਹ ਸਕਿੱਲ ਲੇਕ ਕਲਾ ਵਿਚ ਹੈਲਪ ਅਸ ਟੂ ਯੂਜ਼ ਔਰ ਇੰਟੈਲੀਜੈਂਸ ਐਪਰੋਪ੍ਰੀਟਲੀ ਜਿਹੜੇ ਕਿ ਸਾਨੂੰ ਇਹ ਦੱਸਦਾ ਕਿ ਆਪਾਂ ਆਪਣੀ ਜਿਹੜੇ ਕਿ ਇੰਟੈਲੀਜੈਂਸ ਲਿਆ ਉਹਨੂੰ ਕਿਸ ਤਰੀਕੇ ਨਾਲ ਇੱਕ ਕਿਸ ਤਰੀਕੇ ਨਾਲ ਆ ਜਿਹੜੇ ਕਿ ਆਪਾਂ ਪ੍ਰਯੋਗ ਕਰਨੀ ਆ ਇੱਕ ਚੰਗੇ ਢੰਗ ਦੇ ਨਾਲ ਨੰਬਰ 8 ਵਾਲਾ ਤੁਸੀਂ ਜਸਟ ਰੀਡ ਕਰਨਾ ਵਾਈ ਵਾਸ ਮੀਨਸ ਪਹਿਲੇ 7 ਜਿਹੜੇ ਕਿ ਇਹਦੇ ਇੰਪੋਰਟੈਂਟ ਨੇ ਪਹਿਲੇ 7 ਤੋਂ ਬਾਅਦ ਜਿਹੜੇ ਕਿ ਲਾਸਟ ਵਾਲਾ ਜਿਹੜਾ 9 ਇਹ ਇੰਪੋਰਟੈਂਟ ਆ ਵਾਈ ਵਾਸ ਇਹਨਾਂ ਦੇ ਸਾਰੇ ਚੈਪਟਰ ਕੁਐਸ਼ਨਸ ਇੰਪੋਰਟੈਂਟ ਨੇ ਬਿਕੋਜ਼ ਜਿਹੜੇ ਵੈਰੀ ਸ਼ਾਰਟ ਕੁਐਸ਼ਨਸ ਨੇ ਉਹਨਾਂ 'ਚ ਵੀ ਇਹ ਕੁਐਸ਼ਨਸ ਜਿਹੜੇ ਕਿ ਜਾ ਸਕਦੇ ਨੇ ਵੈਸੇ ਸ਼ਾਰਟ ਨੇ ਇਹ ਵਾਈ ਵਾਸ ਦਾ ਲੋਨ ਆਫੀਸਰ ਅਮੇਜ਼ਡ ਟੂ ਨੋ ਥੈਟ ਥੋਮਸ ਹੈਡ ਬੋਰਰਡ ਅ ਲੋਨ ਫੋਰ 500 ਡਾਲਰ ਜਿਹੜਾ ਕਿ ਕਰਜ਼ਾ ਦੇਣ ਵਾਲਾ ਬੈਂਕ ਦਾ ਅਧਿਕਾਰੀ ਸੀ ਉਹ ਇਹ ਜਾਣ ਕੇ ਕਿਉਂ ਹੈਰਾਨ ਹੋਇਆ ਕਿ ਜਿਹੜੇ ਕਿ ਉਹਨੇ 5000 ਦਾ ਕਰਜ਼ਾ ਲਿਆ ਦਾ ਲੋਨ ਆਫੀਸਰ ਵਾਸ ਅਮੇਜ਼ਡ ਟੂ ਨੋ ਥੋਮਸ ਹੈਡ ਬੋਰੋਡ ਅ ਲੋਨ ਆਫ 5000 ਡਾਲਰ ਬਿਕਾਜ਼ ਥੋਮਸ ਵਾਸ ਅ ਵਨ ਆਫ ਦਾ ਵੈਲਥੀਸਟ ਜਿਹੜੀ ਰਿਚਸਟ ਵੀ ਕਹ ਸਕਦੇ ਹੋ ਮੈਨ ਇਨ ਅ ਅਮਰੀਕਾ ਤੁਸੀਂ ਇਹ ਤਾਂ ਸਾਰਾ ਇੱਥੋਂ ਤੱਕ ਤਾਂ ਸਾਰਾ ਕੁਐਸਚਨ ਦੇ ਵਿੱਚੋਂ ਆਨਸਰ ਬਿਕਾਜ਼ ਤੋਂ ਬੰਦਾ ਕਿਉਂਕਿ ਥੋਮਸ ਜਿਹੜੇ ਕਿ ਬਹੁਤ ਹੀ ਅਮੀਰ ਸੀ ਕਿੱਥੋਂ ਦਾ ਸੀ ਉਹ ਅਮਰੀਕਾ ਦੇ ਵਿੱਚ ਵੈਲਟਸ ਜਾਂ ਤੁਸੀਂ ਰਿਚਸ ਵੀ ਕਰ ਸਕਦੇ ਹੋ ਜਾਂ ਤੁਸੀਂ ਨੀਚੇ ਵਾਲਾ ਕਰ ਸਕਦੇ ਹੋ ਵਟ ਵਾਸ ਦਾ ਮਿਲਨਰੀਅਰਸ ਟ੍ਰਿਕ ਇਨ ਬੋਰਿੰਗ ਵਾਰਿੰਗ ਦਾ ਲੋਨ ਵਾਰਿੰਗ ਸੀ ਠੀਕ ਹੈ ਸੌਰੀ ਮੈਂ ਤੋਂ ਪਹਿਲਾਂ ਗਲਤ ਬੋਲ ਗਿਆ ਵਾਰਿੰਗ ਤਾਂ ਜਿਹੜੇ ਕਿ ਕਰਜ਼ਾ ਲੈਣ ਦੇ ਲਈ ਮਿਲੀਨਿਅਰਸ ਨੇ ਕਰੋੜਪਤੀ ਨੇ ਕਿਹੜੀ ਚਲਾਕੀ ਵਰਤੀ ਦਾ ਮਿਲੀਨਿਅਰਸ ਫੋਰਡ ਦਾ ਲੋਨ ਐਜ਼ ਹੀ ਵਾਂਟਡ ਟੂ پارک ਹਿਸ ਫੈਰਾਰੀ ਕਾਰ ਸੇਫ ਫੋਰ 2 ਵੀਕਸ ਕਿਉਂਕਿ ਉਹ ਆਪਣੀ ਜਿਹੜੀ ਕਿ ਐਕਸਪੈਂਸਿਵ ਜਿਹੜੀ ਮਹਿੰਗੀ ਕਾਰ ਸੀ ਫੈਰਾਰੀ ਉਹਨੂੰ ਇੱਕ ਸੇਫ ਜਗ੍ਹਾ ਤੇ ਜਿਹੜੇ ਕਿ 2 ਹਫ਼ਤਿਆਂ ਲਈ ਰੱਖਣਾ ਚਾਹੁੰਦਾ ਸੀ ਜਿਸ ਕਰਕੇ ਉਹਨੇ ਬੈਂਕ ਤੋਂ ਕਰਜ਼ਾ ਲਿਆ ਵੀ ਬੈਂਕ ਤੋਂ ਕਰਜ਼ਾ ਦੇ ਲਈ ਲਿਆ ਤਾਂ ਉਹਨੇ ਆਪਣੀ ਚੀਜ਼ ਉੱਥੇ ਕੀ ਰੱਖੀ ਕਾਰ ਰੱਖਤੀ ਠੀਕ ਹੈ ਜਿਵੇਂ ਆਪਾਂ ਕੋਈ ਵੀ ਚੀਜ਼ ਲੈਣੇ ਆ ਦੈਨ ਗਿਰਵੀ ਰੱਖਦੇ ਆ ਤਾਂ ਉਹਨੇ ਗਿਰਵੀ ਦੇ ਵਿੱਚ ਕੀ ਰੱਖੀ ਕਾਰ ਰੱਖੀ ਤੇ ਇਹਦੇ ਨਾਲ ਉਹਨੂੰ ਫਾਇਦਾ ਕੀ ਹੋ ਗਿਆ ਜਿਹੜਾ ਕਿ ਉਹ ਪਾਰਕਿੰਗ ਇੱਕ ਸਾਫ਼ ਮਤਲਬ ਕਿ ਇੱਕ ਸੇਫ ਸੇਫ ਪਾਰਕਿੰਗ ਦੀ ਤਲਾਸ਼ ਦੇ ਵਿੱਚ ਸੀ ਉਹਨੂੰ ਉੱਥੋਂ ਜਿਹੜੇ ਕਿ ਮਿਲ ਗਈ ਤੇ ਕਿਹਦੇ ਵਿੱਚ ਉਹ ਹਾਊ واਜ਼ ਲੈਟਰਲ ਥਿੰਕਿੰਗ ਫਰੂਟਫੁੱਲੀ ਇਨ ਦਾ ਫੀਲਡ ਆਫ ਅ ਕ੍ਰਿਕਟ ਕ੍ਰਿਕਟ ਦੇ ਵਿੱਚ ਜਿਹੜੀ ਕਿ ਕਿਵੇਂ ਸਫਲ ਰਹੀ ਆ ਤਾਂ ਲੈਟਰਲ ਥਿੰਕਿੰਗ ਇਜ਼ ਯੂਜ਼ਡ ਇਨ ਸੈਵਰਲ ਫੀਲਡ ਸੈਵਰਲ ਅਲੱਗ-ਅਲੱਗ ਫੀਲਡਸ ਵਿੱਚ ਯੂਜ਼ ਹੁੰਦੀ ਆ ਇਨ ਕ੍ਰਿਕਟ ਕੈਰੀ ਪੈਕਰ ਇੰਟਰੋਡਿਊਸਡ ਡੇ ਨਾਈਟ ਮੈਚਸ 컬러ਫੁਲ ਵਾਲਸ ਐਂਡ ਕਲੋਥਿੰਗ ਠੀਕ ਹੈ ਤਾਂ ਕੈਰੀ ਪੈਕਰ ਨੇ ਜਿਹੜੀ ਕਿ ਕੀ-ਕੀ ਇੰਟਰੋਡਿਊਸ ਕੀਤਾ ਹੈ ਸ਼ਾਰਟਲੀ ਵੀ ਇੰਪੋਰਟੈਂਟ ਐਂਡ ਵੈਰੀ ਸ਼ਾਰਟ ਦੇ ਲਈ ਡੇ ਨਾਈਟ ਮੈਚਸ 컬러ਫੁਲ ਵਾਲਸ ਤੇ ਕਲੋਥਿੰਗ ਇਟ ਇਜ਼ ਅ ਡਿਫਰੈਂਟ ਫਰੋਮ ਟਰੈਡੀਸ਼ਨ ਪਹਿਲਾਂ ਵਾਲੇ ਟ੍ਰੈਡੀਸ਼ਨਲ ਕ੍ਰਿਕਟ ਨਾ ਡਿਫਰੈਂਟ ਇਟ ਬਿਕਮ ਸਕਸੈਸਫੁਲ ਇਨ ਦਾ ਵਰਡ ਤੇ ਇਹ ਸੰਸਾਰ ਦੇ ਵਿੱਚ ਸਕਸੈਸਫੁਲ ਆ ਨਾਉ ਡੇਸ T20 ਮੈਚਸ ਹੈਵ ਬਿਕਮ ਵੈਰੀ ਪਪੂਲਰ ਤੇ ਹੁਣ ਕਿਹੜੇ ਮੈਚਸ ਜਿਆਦਾ ਇੰਪੋਰਟੈਂਟ ਨੇ ਜਿਹੜੇ ਕਿ ਫੇਮਸ ਹੋ ਰਹੇ ਨੇ ਪਪੂਲਰ ਹੋ ਰਹੇ ਨੇ T20 ਇਹ ਵੀ ਕੁਐਸਚਨ ਵੈਰੀ ਸ਼ਾਰਟ ਦੇ ਲਈ ਇੰਪੋਰਟੈਂਟ ਨੇ ਆਸਟ੍ਰੇਲੀਆ ਐਕਸਪੀਰੀਐਂਟਡ ਐਕਸਪੈਰੀਮੈਂਟਡ ਵਿਦ ਟੂ ਡਿਫਰੈਂਟ ਕੈਪਟਨਸ ਫੋਰ ਦਾ ਟੈਸਟ ਐਂਡ ਵਨ ਡੇ ਮੈਚਸ ਆਸਟ੍ਰੇਲੀਆ ਨੇ ਟੈਸਟ ਮੈਚ ਤੇ ਇੱਕ ਦਿਨ ਦੇ ਮੈਚ ਦੇ ਵਿੱਚ ਜਿਹੜੇ ਕਿ ਦੋ ਵਕ ਵਕ ਕਪਤਾਨਾਂ ਦੇ ਐਕਸਪੈਰੀਮੈਂਟਡ ਹੋ ਗਿਆ ਤਜਰਬੇ ਦੇ ਨਾਲ ਜਿਹੜੇ ਕਿ ਕੀਤਾ ਤੇ ਇਹ ਟੀ20 ਜਿਹੜੇ ਕਿ ਮੈਚਸ ਆ ਇਹ ਪਪੂਲਰ ਹੋ ਗਏ ਫੋਰਥ ਚੈਪਟਰ ਆਪਣਾ ਹੈ ਔਨ ਸੇਇੰਗ ਪਲੀਜ਼ ਫਰਸਟ ਕੁਐਸਚਨ ਵਾਈ ਵਾਸ ਦਾ ਪੈਸੇਂਜਰਸ ਹਰਲਡ ਆਊਟ ਆਫ ਦਾ ਲਿਫਟ ਪੈਸੇਂਜਰ ਨੂੰ ਜਿਹੜੇ ਕਿ ਲਿਫਟ ਦੇ ਵਿੱਚੋਂ ਕਿਉਂ ਸੁੱਟਿਆ ਗਿਆ ਸੀ ਤਾਂ ਤੁਸੀਂ ਜੋ ਮੈਂ ਪੈਂਸਨ ਨਾਲ ਲਿਖਿਆ ਨਾ ਇਹ ਜਾਦੀ ਈਜ਼ੀ ਆ ਦਾ ਪੈਸੇਂਜਰ ਵਾਸ ਹਰਲਡ ਆਊਟ ਆਫ ਦਾ ਲਿਫਟ ਆウト ਆਫ ਦਾ ਲਿਫਟ ਮੈਨ ਫੋਰ ਨਾਟ ਸੇਇੰਗ ਪਲੀਜ਼ ਕਿਉਂਕਿ ਉਹਨੂੰ ਲਿਫਟ ਦੇ ਵਿੱਚ ਉਸ ਬੰਦੇ ਨੇ ਕਿਉਂਨ ਬਾਹਰ ਕਰਤਾ ਸੀ ਕਿਉਂਕਿ ਉਹਨੇ ਜਿਹੜੇ ਕੀ ਪਲੀਜ਼ ਨਹੀਂ ਕਿਹਾ ਸੀ ਫੋਰ ਨਾਟ ਸੇਇੰਗ ਪਲੀਜ਼ ਅਨਸਰ ਇਹਦਾ ਨਾ ਕਿ ਫੋਰ ਨਾਟ ਸੇਇੰਗ ਪਲੀਜ਼ ਵਿੱਚੋਂ ਸਾਰਾ ਕੁਐਸਚਨ ਚੋਂ ਹੀ ਆ ਦਸੈਂਜਰ ਹੌਲ ਆਫ ਦਾ ਲਿਫਟ ਲਿਫਟ ਮੈਨ ਫੋਰ ਨਾਟ ਸੇਇੰਗ ਪਲੀਜ਼ ਅਗਲਾ ਹਾਊ ਕਾਡ ਦਾ ਲਿਫਟ ਮੈਨ ਰਿਸਟੋਰ ਹਿਸ ਇਕਵਿਲੀਬਰੀਅਮ ਦੋਨੋਂ ਹੀ ਪੋਜੀਸ਼ਨ ਇੰਪੋਰਟੈਂਟ ਨੇ ਜਿਹਨਾਂ ਤੇ ਮੈਂ ਟਿਕ ਲਗਾਇਆ ਹੋਇਆ ਤਾਂ ਇੰਪੋਰਟੈਂਟ ਲਿਖਿਆ ਹੋਇਆ ਇੰਪੋਰਟੈਂਟ ਨੇ ਦਾ ਲਿਫਟ ਮੈਨ ਕੁਡ ਰੀਸਟੋਰ ਹਿਸ ਇਕੁਇਲਿਬਰੀਅਮ ਵਾਈਲ ਟ੍ਰੀਟਿੰਗ ਹਿਸ ਵਾਈਫ ਐਟ ਹੋਮ ਇਨ ਦਾ ਇਵਨਿੰਗ ਤਾਂ ਜਿਹੜਾ ਲਿਫਟ ਮੈਨ ਸੀ ਉਹ ਆਪਣੇ ਸੰਤੁਲਨ ਨੂੰ ਵਾਪਸ ਕਿਵੇਂ ਲਾਉਂਦਾ ਸੀ ਆਪਣਾ ਸਾਰਾ ਗੁੱਸਾ ਜਿਹੜਾ ਕਿ ਆਪਣੀ ਵਾਈਫ ਤੇ ਉਤਾਰ ਕੇ ਅਗਲਾ ਹੈ ਆਪਣਾ ਕੁਐਸਚਨ ਇਹਦੇ ਵਿੱਚੋਂ ਅ ਥਰਡ ਕੋਈ ਖਾਸ ਇੰਪੋਰਟੈਂਟ ਨਹੀਂ ਹੈ ਤੁਸੀਂ ਜਸਟ ਰੀਡ ਕਰਨਾ ਹੈ ਨਾ ਤੇ ਫੋਰਥ ਅ ਫੋਰਥ ਆਪਣਾ ਕੁਐਸਚਨ ਹੈਗਾ ਵਟ ਇਜ਼ ਦਾ ਫਸਟ ਰਿਕੁਆਇਰਮੈਂਟ ਆਫ ਦਾ ਸਿਵਿਲਟੀ ਫਸਟ ਰਿਕੁਆਇਰਮੈਂਟ ਕੀ ਹੈ ਸਿਸਟਾਚਾਰ ਦੀ ਤਾਂ ਫਸਟ ਰਿਕੁਆਇਰਮੈਂਟ ਆਫ ਸਿਵਿਲਟੀ ਇਜ਼ ਥੈਟ ਵੀ ਸ਼ੁੱਡ ਅਕਨੋਲਜ ਆਰ ਸਰਵਿਸ ਕਿ ਸਾਨੂੰ ਜਿਹੜੀ ਕੀ ਸਰਵਿਸ ਦੀ ਸਾਡੇ ਦੁਆਰਾ ਜਿਹੜੇ ਕੀ ਕਿਸੇ ਦੁਆਰਾ ਜਿਹੜਾ ਸਾਡੇ ਲਈ ਕੋਈ ਕੰਮ ਕੀਤਾ ਵਾ ਹੁੰਦਾ ਉਹਦੇ ਸਾਨੂੰ ਹਮੇਸ਼ਾ ਆਭਾਰੀ ਹੋਣਾ ਚਾਹੀਦਾ ਉਹਦੇ ਸਾਨੂੰ ਹਮੇਸ਼ਾ ਥੈਂਕਫੁਲ ਹੋਣਾ ਚਾਹੀਦਾ ਸਰਵਿਸ ਅਕਨੋਲਜ ਸਾਨ ਤੁਸੀਂ ਥੈਂਕਫੁਲ ਵੀ ਕਰ ਸਕਦੇ ਹੋ ਵੀ ਸ਼ੁੱਡ ਵੀ ਸ਼ੁੱਡ ਥੈਂਕਫੁਲ ਆਰ ਸਰਵਿਸ ਵੀ ਸਾਨੂੰ ਸਰਵਿਸ ਦੇ ਲਈ ਹਮੇਸ਼ਾ ਥੈਂਕਫੁਲ ਹੋਣਾ ਚਾਹੀਦਾ ਅੱਗੇ ਹੈ ਵਰਡਸ ਸਰਵ ਐਸ ਅ ਲिटल ਕਾਟੀਅਸ ਇਨ आवर ਡੇਲੀ ਲਾਈਫ ਸਾਡੀ ਡੇਲੀ ਲਾਈਫ ਦੇ ਵਿੱਚ ਦਿਨਿਕ ਜੀਵਨ ਦੇ ਵਿੱਚ ਕਿਹੜੇ ਸਿਸ਼ਟਾਚਾਰ ਨੇ ਜਿਹੜੇ ਕਿ ਤਾਂ ਉਹ ਹੋਣਗੇ ਨੇ ਦ ਵਰਡਸ ਲਾਈਕ ਪਲੀਜ਼ ਐਂਡ ਥੈਂਕ ਯੂ ਤਾਂ ਦੋ ਸ਼ਬਦ ਨੇ ਪਲੀਜ਼ ਤੇ ਥੈਂਕ ਯੂ ਆਰ ਦਾ ਲिटल ਕਾਟੀਅਸ ਇਹ ਨੇ ਠੀਕ ਹੈ ਥੀਸ ਵਰਡਸ ਆਇਲ ਦਾ ਮਸ਼ੀਨ ਆਫ ਲਾਈਫ ਇਹ ਸਾਡੀ ਜ਼ਿੰਦਗੀ ਜਿਹੜੀ ਮਸ਼ੀਨ ਹੈ ਉਸ ਦੇ ਜਿਹੜੇ ਕਿ ਇਹ ਆਇਲ ਨੇ ਤੇ ਫਿਫਥ ਵੀ ਇੰਪੋਰਟੈਂਟ ਆ ਤੇ 6th ਜਸਟ ਤੁਸੀਂ ਰੀਡ ਕਰਨਾ ਵਟ ਡਸ ਅ ਕੰਡਕਟਰ ਇਨ ਦਾ ਬੱਸ ਜਨਰਲੀ ਥਿੰਕ ਅਬਾਊਟ ਦਾ ਪੈਸੇਂਜਰ ਤਾਂ ਜਿਹੜੇ ਕਿ ਬੱਸ ਦਾ ਕੰਡਕਟਰ ਸੀ ਉਹ ਯਾਤਰੀਆਂ ਬਾਰੇ ਆਮ ਤੌਰ ਤੇ ਕੀ ਸੋਚਦਾ ਹੀ ਥੋਟ ਦਾ ਪੈਸੇਂਜਰ ਆਰ অর ਆਰ ਹਿਸ ਨੇਚਰਲ ਐਨਮੀਜ਼ ਉਹ ਕੀ ਸੋਚਦਾ ਕਿ ਜਿਹੜੇ ਯਾਤਰੀ ਨੇ ਉਹ ਕੁਦਰਤੀ ਜਿਹੜੇ ਕਿ ਉਹਦੇ ਦੁਸ਼ਮਣ ਸਮਝਦਾ ਉਹਨਾਂ ਨੂੰ ਹੂਸ ਪਰਪਸ ਇਨ ਦਾ ਬੱਸ ਇਜ਼ ਟੂ ਚੀਟ ਹਿਮ ਉਹ ਸੋਚਦਾ ਕਿ ਉਹਨਾਂ ਦਾ ਇੱਕੋ ਮਕਸਦ ਹੁੰਦਾ ਕਿ ਕੰਡਕਟਰ ਦੇ ਨਾਲ ਧੋਖਾ ਕੀਤਾ ਜਾਵੇ ਦਨ 7th ਔਰ 8th ਤੁਸੀਂ ਜਸਟ ਰੀਡ ਕਰ ਲੈਣ ਤੇ 9th ਵੈਰੀ ਇੰਪੋਰਟੈਂਟ ਆ ਵਾਈ ਵਾਸ ਦਾ ਰਿਟਰ ਇਨਵਾਈਟ ਐਟ ਹਿਮਸੈਲਫ ਇਨ ਦਾ ਬੱਸ ਤਾਂ ਲੇਖਕ ਨੂੰ ਆਪਣੇ ਆਪ ਤੇ ਗੁੱਸਾ ਕਿਉਂ ਆ ਰਿਹਾ ਸੀ ਇਹਨਾਂ ਨੂੰ ਜਸਟ ਰੀਡ ਮੈਂ ਤੁਹਾਨੂੰ ਤਾਂ ਕਹ ਰਹੀ ਹਾਂ ਕਿਉਂਕਿ ਬਾਏ ਚਾਂਸ ਹੀ ਇਗਜ਼ਾਮ ਦੇ ਵਿੱਚ ਆ ਜਾਓ ਤੁਸੀਂ ਲਿਖ ਪਾਓਗੇ ਤੁਸੀਂ ਜਸਟ ਰੀਡ ਕੀਤਾ ਹੋਇਆ ਤੇ ਨਾਲ ਦੀ ਨਾਲ ਇਹ ਜਿਹੜੇ ਵੈਰੀ ਸ਼ਾਰਟ ਕੁਐਸਚਨਸ ਨੇ ਉਹਨਾਂ ਲਈ ਵੀ ਇੰਪੋਰਟੈਂਟ ਨੇ ਤਾਂ ਜਿਹੜੀ ਮੈਂ ਲਾਈਨ ਲਗਾਈ ਹੈ ਵਿੱਚੋਂ ਜਾਂ ਦਨ ਰਿਟਰ ਇਨਵਾਈਟ ਐਟ ਹਿਮਸੈਲਫ ਇਨ ਦਾ ਬੱਸ ਠੀਕ ਹੈ ਬਿਕੋਜ਼ ਬਿਕੋਜ਼ ਹੀ ਫਾਊਂਡ ਦੈਟ ਹੀ ਹੈਡ ਨੋ ਮਨੀ ਇਨ ਹਿਸ ਪਾਕਟ ਕਿਉਂਕਿ ਜਦੋਂ ਨੂੰ ਇਹ ਪਤਾ ਲੱਗਦਾ ਕਿ ਉਹਦੇ ਕੋਲ ਜਿਹੜੇ ਕੀ ਕੋਈ ਪੈਸਾ ਨਹੀਂ ਹੈਗਾ ਉਹਦੀ ਪਾਕਟ ਦੇ ਵਿੱਚ ਡਿਸਕਰਾਇਬ ਦਾ ਗਲੋ ਆਫ ਪਲੇਜ਼ਰ ਦੈਟ ਦੈਨਰੇਟਰ ਐਕਸਪੀਰੀਂਸਡ ਤਾਂ ਲੇਖਕ ਨੇ ਜਿਹੜੀ ਕਿ ਵਰਣ ਕਰਤਾ ਨੇ ਕਿਹੜੀ ਖੁਸ਼ੀ ਜਿਹੜੀ ਖੁਸ਼ੀ ਦੀ ਲਾਲੀ ਦਾ ਅਨੁਭਵ ਕੀਤਾ ਉਸ ਦਾ ਵਰਣਨ ਕਰਨਾ ਦੈਨਰੇਟਰ ਡਿਡ ਨੋਟ ਹੈਵ ਮਨੀ ਬਟ ਦਾ ਕੰਡਕਟਰ ਗਿਵ ਹਿਮ ਗਿਵ ਹਿਮ ਦਾ ਟਿਕਟ ਉਹ ਕੀ ਸੀ ਕਿ ਨਰੇਟਰ ਕੋਲ ਕੋਈ ਪੈਸਾ ਨਹੀਂ ਸੀ ਬਟ ਫਿਰ ਵੀ ਜਿਹੜੇ ਕਿ ਕੰਡਕਟਰ ਨੇ ਉਹਨੂੰ ਟਿਕਟ ਦਿੱਤੀ 8 9 ਨੰਬਰ ਇੰਪੋਰਟੈਂਟ ਵੈਰੀ ਇੰਪੋਰਟੈਂਟ ਵਟ ਵਰ ਦਾ ਗੁੱਡ ਕੁਆਲਟੀਜ਼ ਆਫ ਦਾ ਕੰਡਕਕਟਰ ਕੰਡਕਕਟਰ ਦੀ ਕੀ ਕੀ ਗੁੱਡ ਕੁਆਲਟੀਜ਼ ਸੀ ਦਾ ਕੰਡਕਕਟਰ ਵਾਸ ਅ ਵੈਰੀ ਚੀਰਫੁਲ ਦਾ ਕੰਡਕਕਟਰ ਜਿਹੜੇ ਕਿ ਬਹੁਤ ਹੀ ਖੁਸ਼ਮિજાਜ ਵਾਲਾ ਸੀ ਪਲਾਈਟ ਸੀ ਠੀਕ ਹੈ ਐਂਡ ਗੁੱਡ ਨੇਚਰਡ ਮੈਨ ਤੇ ਇੱਕ ਚੰਗੇ ਸੁਭਾਅ ਵਾਲਾ ਸੀ ਹੈਲਪਫੁਲ ਵੀ ਲਿਖ ਸਕਦੇ ਤੁਸੀਂ ਹੈਲਪਫੁਲ ਵੀ ਸੀ ਇਹੇ ਮਦਦਗਾਰ ਸੀ ਕਿਉਂਕਿ ਉਹਨੇ ਟਿਕਟ ਜਿਹੜੀ ਕਿ ਉਹਨੂੰ ਦੇਤੀ ਸੀ ਹੀ ਵਾਸ ਫੁੱਲ ਆਫ ਪੇਸ਼ੈਂਸ ਤੇ ਉਹ ਜਿਹੜੇ ਕਿ ਪੇਸ਼ੈਂਸ ਰੱਖਣ ਵਾਲਾ ਸੀ ਤੇ ਐਂਡ ਨੈਵਰ ਗਾਟ ਐਂਗਰੀ ਤੇ ਕਦੇ ਵੀ ਗੁੱਸੇ ਹੋਣ ਵਾਲਾ ਨਹੀਂ ਸੀ ਪੇਸ਼ੈਂਸ ਹੁੰਦਾ ਧੀਰਜ ਰੱਖਣ ਵਾਲਾ ਅਗਲਾ ਹੈ ਹੌਪਕੋਡ ਦਾ ਲਿਫਟਮੈਨ ਹੈਵ ਅਵੋਇਡਡ ਦਾ ਟ੍ਰਬਲ ਤਾਂ ਉਹਨੇ ਜਿਹੜੇ ਕਿ ਮੁਸੀਬਤ ਨੂੰ ਕਿਵੇਂ ਅਵੋਇਡ ਕੀਤਾ ਲਿਫਟਮੈਨ ਨੇ ਦਾ ਲਿਫਟਮੈਨ ਹੈਵ ਅਵੋਇਡਡ ਦਾ ਟ੍ਰਬਲ ਬਾਏ ਕੰਟਰੋਲਿੰਗ ਹਿਸ ਐਂਗਰ ਆਪਣੇ ਗੁੱਸੇ ਤੇ ਕਾਬੂ ਕਰਕੇ ਐਂਡ ਇਲਵਿਲ ਤੇ ਬਸ ਕੰਡਕਟਰ ਦਾ ਕੈਰੈਕਟਰ ਸਕੈਚ ਜਸਟ ਤੁਸੀਂ ਇੱਕ ਵਾਰ ਜ਼ਰੂਰ ਰੀਡ ਕਰਨਾ ਬਸ ਕੰਡਕਟਰ ਦਾ ਕੈਰੈਕਟਰ ਸਕੈਚ ਜਸਟ ਇੱਕ ਵਾਰ ਜ਼ਰੂਰ ਤੁਸੀਂ ਰੀਡ ਕਰਨਾ ਅੱਗੇ ਹੈ ਦੋ ਸਟੋਰੀ ਆਫ ਮਾਈ ਲਾਈਫ ਤਾਂ ਇਸ ਦੇ ਵਿੱਚੋਂ ਫਰਸਟ ਕੁਐਸਚਨ ਇੰਪੋਰਟੈਂਟ ਹੂ ਹੂ ਵਾਸ ਐਨ ਐ ਮੈਂਸਫੀਲਡ ਸੂਲੇਵਨ ਤਾਂ ਜਿਹੜੇ ਕਿ ਐਨ ਐ ਮੈਂਸਫੀਲਡ ਸੂਲੇਵਨ ਕੌਣ ਸੀ ਸ਼ੀ ਵਾਸ ਹੈਲਨ ਕੈਲਰਸ ਟੀਚਰ ਤਾਂ ਉਹ ਹੈਲਨ ਕੈਲਰ ਦੀ ਜਿਹੜੀ ਕਿ ਅਧਿਆਪਕ ਸੀ ਅਧਿਆਪਕਾ ਸੀ ਅਗਲਾ ਕੁਐਸਚਨ ਨੰਬਰ ਸੈਕਿੰਡ ਕੋਈ ਖਾਸ ਨਹੀਂ ਹੈ ਬਸ ਇੱਕ ਵਾਰ ਰੀਡ ਕਰਨਾ ਵਟ ਵਾਸ ਆ ਸਮਥਿੰਗ ਅਨਯੂਜ਼ਲੀ ਹੈਪਨਿੰਗ ਐਟ ਦ ਅਨਰੇਟਰ ਹੋਮ ਤਾਂ ਲੇਖਕ ਦੇ ਘਰ ਦੇ ਵਿੱਚ ਕਿਹੜੀ ਉਸਧਾਰਨ ਚੀਜ਼ ਘਟਿਤ ਹੋਈ ਹੈਲਨ ਟੀਚਰਸ ਐਂਡ ਐਨਸੋਲਿਵਨ ਵਾਸ ਐਕਸਪੈਕਟਿਡ ਟੂ ਕਮ ਤਾਂ ਕੀ ਸੀ ਇਹ ਹਸਭਾਵਨਾ ਸੀ ਕਿ ਉਹਨੇ ਅਧਿਆਪਕਾ ਜਿਹੜੇ ਕਿ ਆਉਣਗੇ ਐਨਸੋਲਿਵਨ ਸੋ देयर ਵਾਸ ਹੋਰਿੰਗ ਟੂ ਐਂਡ ਫਰੋ ਇਨ ਦ ਹਾਊਸ ਜਿਸ ਕਰਕੇ ਘਰ ਦੇ ਵਿੱਚ ਚਹਲ ਪਹਲ ਸੀ ਉਤਸੁਕਤਾ ਵਾਲਾ ਮਾਹੌਲ ਸੀ अगला है थर्ड इंपोर्टेंट है वट वॉज डूइंग वॉयल सिटिंग ऑन द स्टेप्स तो पौड़िया तो बैठी वर्णन करता की कर रही सी वॉज वेटिंग विद द वेटिंग हर्ट फॉर समथिंग टू हैपन तो वो जीडे कि कुछ धड़कते दिल के न कर रही की कर थी कि कुछ घटित होगा शी वॉज वेटिंग विद वेटिंग हर्ट फॉर समथिंग टू हैपन फोर्थ ਫੋਰਥ ਵਟ ਵਟ ਵਾਸ ਅ ਵਰਡਲੈਸ ਕ੍ਰਾਈ ਵਾਈਡ ਨਰੇਟਰ ਸੋਲ ਤਾਂ ਜਿਹੜੇ ਕਿ ਨਰੇਟਰ ਦੇ ਤਾਂ ਦਾ ਵਰਡਲੈਸ ਕ੍ਰਾਈ ਆਫ ਹਰ ਸੋਲ ਵਾਸ ਦਾ ਗਿਫਟ ਆਫ ਲਾਈਟ ਐਂਡ ਦਾ ਲਾਈਟ ਆਫ ਲਵ ਤਾਂ ਉਹ ਕਹੀ ਸੀ ਕਿ ਜਿਹੜੇ ਕਿ ਸ਼ਬਦਹੀਨ ਵਰਡਲੈਸ ਹੁੰਦਾ ਵੀ ਜਿਹਦੇ ਵਿੱਚ ਸ਼ਬਦ ਨਾ ਹੋਣ ਠੀਕ ਹੈ ਉਹ ਚੀਕੀ ਸੀ ਰੋਸ਼ਨੀ ਦਾ ਤੋਹਫਾ ਤੇ ਪ੍ਰੇਮ ਦਾ ਪ੍ਰਕਾਸ਼ ਗਿਫਟ ਆਫ ਲਾਈਟ ਐਂਡ ਦਾ ਲਾਈਟ ਆਫ ਲਵ ਜਾਂ ਇਹਨਾਂ ਦਾ ਤੁਸੀਂ ਕਰ ਸਕਦੇ ਹੋ ਲਾਈਟ ਗਿਵ ਮੀ ਲਾਈਟ ਅਗਲਾ ਹੈ ਹੂ ਹੈਡ ਸੈਂਟ ਦਾ ਡਾਲ ਫॉर द ਨਰੇਟਰ ਨਰੇਟਰ ਨੂੰ ਜਿਹੜੀ ਕਿ ਡਾਲ ਕਿਸ ਨੇ ਸੈਂਡ ਕੀਤੀ ਸੀ ਦਾ ਲਿਟਲ ਬਲਾਈਂਡ ਚਿਲड्रन ਐਟ ਦਾ ਪਰਕਿੰਸ ਇੰਸਟੀਟਿਊਟ ਤਾਂ ਜਿਹੜੇ ਕਿ ਛੋਟੇ ਬੱਚੇ ਛੋਟੇ ਬੱਚਿਆਂ ਨੇ ਜਿਹੜੇ ਕਿ ਪਰਕਿੰਸ ਇੰਸਟੀਟਿਊਟ ਦੇ ਵਿੱਚੋਂ ਹੈਡ ਸੈਂਟਡ ਐ ਟੈਂਡ ਲੋਰਾ ਬ੍ਰਾਈਟਮੈਨ ਹੈ ਡਰੈਸਡ ਇਟ ਤੇ ਲੌਰਾ ਬ੍ਰਾਈਟਮੈਨ ਨੇ ਜਿਹੜੇ ਕਿ ਇਸ ਦੇ ਕੱਪੜੇ ਪਾਏ ਸੀ ਠੀਕ ਹੈ ਤੁਸੀਂ ਜਸਟ ਇਨਾਕ ਵੀ ਕਰ ਸਕਦੇ ਹੋ ਹੈਡ ਸੈਂਟ ਇਟ ਕਿਨਾਂ ਨੇ ਸੈਂਡ ਕੀਤੀ ਕੀਤੀ ਸੀ ਬਲਾਈਂਡ ਚਿਲड्रन ਐਟ ਦਾ ਪਰਕਿੰਸ ਇੰਸਟੀਚਿਊਟ ਇੰਸਟੀਚਿਊਸ਼ਨ ਨੈਕਸਟ ਆਪਣਾ ਕੁਐਸਚਨਸ ਹੈ 6th ਇੰਪੋਰਟੈਂਟ ਆ ਹਾਊ ਡਿਡ ਦਾ ਨਰੇਟਰ ਲਰਨ ਟੂ ਸਪੈਲ ਦਾ ਵਰਡਸ ਨਰੇਟਰ ਨੇ ਜਿਹੜੇ ਕਿ ਵਰਡ ਸਪੈਲ ਕਰਨੇ ਕਿਵੇਂ ਸਿੱਖੇ ਸ਼ੀ ਲਰਨਡ ਟੂ ਸਪੈਲ ਦਾ ਵਰਡਸ ਵਿਦ ਦਾ ਫਿੰਗਰ ਪਲੇ on different things ਤਾਂ ਉਹਨੇ ਫਿੰਗਰ ਪਲੇ ਦੇ ਨਾਲ ਅਲੱਗ-ਅਲੱਗ ਚੀਜ਼ਾਂ ਨੂੰ ਜਿਹੜੇ ਕਿ ਲਿਖਣਾ ਸਿੱਖਿਆ ਜਾਂ ਤੁਸੀਂ ਇਹ ਵਾਲਾ ਕੁਐਸਚਨ ਇੱਥੇ ਤੱਕ ਇਹ ਕਰ ਸਕਦੇ ਹੋ ਅਨਸਰ ਜਾਂ ਨੀਚੇ ਵਾਲਾ the teacher played a think in one of her hands and spelled the words with finger play on the other hand then she learned how to spell the words ਤਾਂ ਲੇਖਕ ਜਿਹੜੇ ਕਿ ਉਹਦਾ ਟੀਚਰ ਕੀ ਕਰਦੇ ਸੀ ਉਹਦੇ ਇੱਕ ਹੱਥ ਤੇ ਜਿਹੜੇ ਕਿ ਸਪੈਲ ਲਿਖਦੇ ਸੀ ਉਹਦੇ ਹੱਥ ਦੇ ਨਾਲ ਦੂਜੇ ਹੱਥ ਤੇ ਵਿੱਚ ਜਿਹੜੇ ਕਿ ਉਹ ਵਰਡਸ ਨੂੰ ਜਿਹੜੇ ਕਿ ਉਹ ਸਪੈਲ ਕਰਦੇ ਸੀ ਜਿਹਦੇ ਨਾਲ ਉਹ ਜਿਹੜੀ ਕਿ ਸਿੱਖ ਗਈ ਸੀ ਲਿਖਣਾ ਮੀਨਸ ਜਿਵੇਂ ਸਪੋਜ਼ ਆ ਦੋ ਹੱਥ ਨੇ ਇੱਕ ਹੱਥ ਤੇ ਜਿਹੜੀ ਕਿ ਕੋਈ ਚੀਜ਼ ਰੱਖ ਦਿੰਦੇ ਸੀ ਜਿਹੜੀ ਵੀ ਚੀਜ਼ ਦਸਣਾ ਸੀ ਉਸ ਦੂਜੇ ਸਾਈਡ ਤੇ ਉਹਦੇ ਜਿਹੜੇ ਕਿ ਉਹਦੇ ਸ਼ਬਦ ਉਹ ਲਿਖ ਦਿੰਦੇ ਸੀ ਦੈਨ ਉਹ ਮਹਿਸੂਸ ਕਰ ਲੈਂ ਸੀ ਵੀ ਇੱਧਰ ਲਿਖਾਤੀ ਜਿਹੜੀ ਚੀਜ਼ ਪਈ ਉਹਦਾ ਸ਼ਬਦ ਇਹ ਚੀਜ਼ ਐਵੇਂ ਲਿਖਿਆ ਗਿਆ ਤਾਂ ਇਹਦਾ ਇਹ ਜਾਦਾ ਈਜ਼ੀ ਆ ਸ਼ਾਰਟ ਅਗਲਾ ਹੈ ਨੰਬਰ 7th ਇੰਪੋਰਟੈਂਟ ਆ 6th ਵੀ ਇੰਪੋਰਟੈਂਟ ਆ ਵਾਈ ਡਿਡ ਦਾ ਨਰੇਟਰ ਡੈਸ਼ ਦਾ ਡਾਲ ਅਪਨ ਦਾ ਫਲੋਰ ਤਾਂ ਜਿਹੜੇ ਕਿ ਅ ਅੰਡਰਟੇਕਰ ਨੇ ਗੁੱਡੀ ਨੂੰ ਫਾਸਟ ਤੇ ਕਿਉਂ ਮਾਰਿਆ ਸ਼ੀ ਫੈਲਟ ਸੈਡ ਕਿਉਂਕਿ ਉਹ ਉਦਾਸ ਸੀ ਮਹਿਸੂਸ ਕੀਤਾ ਉਹਨੇ ਬਿਕੋਜ਼ ਸ਼ੀ ਵਾਸ ਅਨਏਬਲ ਟੂ ਲਰਨ ਦਾ ਡਿਫਰੈਂਸ ਬੀਟਵੀਨ ਮੱਗ ਐਂਡ ਵਾਟਰ ਕਿਉਂਕਿ ਉਹ ਇਸ ਚੀਜ਼ ਦੇ ਵਿੱਚ ਡਿਫਰੈਂਸ ਨਹੀਂ ਕਰ ਪਾ ਰਹੀ ਸੀ ਮੱਗ ਤੇ ਵਾਟਰ ਦੇ ਵਿੱਚ ਵੀ ਕੀ ਫਰਕ ਹੈ ਉਹ ਇਸ ਚੀਜ਼ ਨੂੰ ਸਿੱਖ ਨਹੀਂ ਪਾ ਰਹੀ ਸੀ ਬਿਕੋਜ਼ ਤੋਂ ਵੀ ਕਰ ਸਕਦੇ ਬਿਕੋਜ਼ ਸ਼ੀ ਵਾਸ ਅਨਏਬਲ ਟੂ ਲਰਨ ਦਾ ਡਿਫਰੈਂਸ ਬੀਟਵੀਨ ਮੱਗ ਐਂਡ ਵਾਟਰ ਨੰਬਰ 3 8ਵੀਂ ਇੰਪੋਰਟੈਂਟ ਆ 9ਵੀਂ ਇੰਪੋਰਟੈਂਟ ਆ ਲਿਸਟ ਦਾ ਫਿਊ ਵਰਡਸ ਵਾਟ ਦਾ ਰਿਟਰਸ ਟੀਚਰ ਮੇਡ ਹਰ ਲਰਨ ਉਹ ਸ਼ਬਦ ਦੱਸਨੇ ਨੇ ਜਿਹੜੇ ਉਸ ਦੇ ਰਿਟਰ ਨੇ ਜਿਹੜੇ ਕਿ ਰਿਟਰ ਸਿੱਖ ਗਈ ਸੀ ਆਪਦੇ ਟੀਚਰ ਦੇ ਦੁਆਰਾ ਦਾ ਵਰਡਸ ਵਰ ਪਿੰ ਹੈਟ ਕੱਪ ਐਂਡ ਅ ਫਿਊ ਵਰਬਸ ਸਿਟ ਸਟੈਂਡ ਵਾਕ ਵਰਬਸ ਸੀ ਸਿਟ ਸਟੈਂਡ ਵਾਕ ਤੇ ਵਰਡਸ ਸੀ ਪਿੰ ਹੈਟ ਕੱਪ ਅੱਗੇ ਹੈ ਇਹ ਕੱਪ ਹੈ ਸੀ ਯੂ ਪੀ ਕੱਪ ਵਾਟ ਡਿਡ ਦਾ ਨਰੇਟਰ ਲਰਨ ਐਟ ਅ ਵੈਲ ਹਾਊਸ ਤਾਂ ਵੈਲ ਹਾਊਸ ਦੇ ਵਿੱਚ ਜਿਹੜੇ ਕਿ ਵੈਲ ਹਾਊਸ ਹੋ ਗਿਆ ਪਾਣੀ ਵਾਲਾ ਘਰ ਠੀਕ ਹੈ ਖੂਹ ਵਾਲਾ ਘਰ ਉਹਦੇ ਵਿੱਚੋਂ ਕੀ ਸਿੱਖੀ ਸ਼ੀ ਲਰਨਡ ਦਾ ਮਾਸਟਰੀ ਆਫ ਅ ਲੈਂਗੁਏਜ ਮਾਸਟਰੀ ਆਫ ਅ ਲੈਂਗੁਏਜ ਐਸ ਦਾ ਕੂਲ ਵਾਟਰ ਫਲੋਡ ਓਵਰ ਹਰ ਹੈਂਡ ਜਿਵੇਂ ਜਿਵੇਂ ਠੰਡੇ ਪਾਣੀ ਦੀ ਧਾਰ ਉਹਦੇ ਹੱਥ ਤੇ ਵਹਿੰਦੀ ਗਈ ਤਾਂ ਉਹਨੂੰ ਮਹਿਸੂਸ ਹੋਇਆ ਕਿ ਜਿਹੜੀ ਠੰਡੀ ਚੀਜ਼ ਉਹ ਕੀ ਆ ਵਾਟਰ ਹੈ ਤਾਂ ਉਹ ਉਹਨੇ ਭਾਸ਼ਾ ਦਾ ਜਿਹੜੇ ਕਿ ਇਹ ਭੇਦ ਨੂੰ ਸਿੱਖ ਲਿਆ ਸੀ ਤੇ ਨੰਬਰ 10 ਨੰਬਰ 9 ਇੰਪੋਰਟੈਂਟ ਹੈ ਤਾਂ ਕੋਈ ਖਾਸ ਨਹੀਂ ਹੈ ਜਸਟ ਰੀਡ ਕਰਨਾ ਵਟ ਮੇਡ ਦ ਨਰੇਟਰ ਰੀਪੈਂਟੈਂਟ ਐਂਡ ਫੀਲ ਸੋਰੋਫੁਲ ਤਾਂ ਲੇਖਿਕਾ ਨੇ ਜਿਹੜੇ ਕਿ ਕਿਵੇਂ ਆਪਣਾ ਜਿਹੜੇ ਕਿ ਮਹਿਸੂਸ ਕੀਤਾ ਸੋਰੋ ਠੀਕ ਹੈ ਸ਼ੀ ਟੱਚਡ ਅ ਪੀਸ ਆਫ ਦ ਡਾਲ ਵਿਚ ਸ਼ੀ ਹੈਡ ਬ੍ਰੋਕਨ ਹਰ ਆਈਜ਼ ਵਰ ਫਿਲਡ ਵਿਦ ਟੀਅਰਸ ਤਾਂ ਜਿਹੜੀ ਉਹ ਗੁੱਡੀ ਨੂੰ ਪਹਿਲਾਂ ਤੋੜਦਾ ਸੀ ਉਹਨੂੰ ਜਿਹੜੇ ਕਿ ਉਹਨੇ ਚੱਕਿਆ ਤਾਂ ਉਹਦੀ ਅੱਖਾਂ ਦੇ ਵਿੱਚੋਂ ਜਿਹੜੇ ਕਿ ਪਾਣੀ ਜਿਹੜੇ ਕਿ ਵਹਿਣ ਲੱਗ ਗਿਆ ਦੈਨ 6th ਚੈਪਟਰ ਟੂ ਜੈਂਟਲਮੈਨ ਆਫ ਵਰੋਨਾ ਵਟ ਫਰਸਟ ਇੰਪੋਰਟੈਂਟ ਆ ਸੈਕੰਡ ਇੰਪੋਰਟੈਂਟ ਆ ਜੋ ਚੀਜ਼ ਮਾਰਕ ਕੀਤੀ ਹੋਈ ਹੈ ਇੰਪੋਰਟੈਂਟ ਨੇ ਵਟ ਵਰ ਦਾ ਜੌਬਸ ਡੈਟ ਦਾ ਟੂ ਬॉयਜ਼ ਅੰਡਰ ਟੁਕ ਦੋਨੋ ਬੱਚੇ ਜਿਹੜੇ ਕਿ ਕੀ ਕੰਮ ਕਰਦੇ ਸੀ ਦੇ ਪਾਲਿਸ਼ਡ ਸ਼ੂਜ਼ ਸ਼ੂਜ਼ ਪਾਲਿਸ਼ ਕਰਦੇ ਸੀ ਸੋਲਡ ਫਰੂਟਸ ਫਰੂਟ ਵੇਚਦੇ ਸੀ ਐਂਡ ਨਿਊਜ਼ਪੇਪਰਸ ਵੇਚਦੇ ਸੀ ਦੇ ਆਲਸੋ ਵਰਕਡ ਐਜ਼ ਅ ਟੂਰਿਸਟ ਗਾਈਡਸ ਤੇ ਉਹ ਟੂਰਿਸਟ ਆ ਜਿਹੜੇ ਕਿ ਇੱਕ ਗਾਈਡ ਦੇ ਤੌਰ ਤੇ ਵੀ ਕੰਮ ਕਰਦੇ ਸੀ ਡਿਸਕ੍ਰਾਈਬ ਦਾ ਫਿਜ਼ੀਕਲ ਅਪੀਅਰੈਂਸ ਆਫ ਬੋਥ ਦਾ ਬॉयਜ਼ ਦੋਨਾਂ ਬੱਚਿਆਂ ਦੀ ਫਿਜ਼ੀਕਲ ਅਪੀਅਰੈਂਸ ਦੱਸਣੀਆਂ ਸਰੀਰਕ ਰੂਪਰੇਖਾ ਤਾਂ the two boys were little ਦੋਨੋਂ ਇੰਪੋਰਟੈਂਟ ਨੇ ਕੁਐਸਚਨ ਫਿਗਰਸ ਵਿਦ ਬ੍ਰਾਊਨ ਸਕਿਨਸ ਦੋਨਾਂ ਬੱਚਿਆਂ ਦੇ ਜਿਹੜੇ ਕਿ ਛੋਟੇ ਕਾਰ ਦੇ ਲਿਟਲ ਫਿਗਰ ਸੀ ਬ੍ਰਾਊਨ ਉਹਨਾਂ ਦੀ ਸਕਿਨ ਸੀ ਬ੍ਰਾਊਨ ਜਿਹੜੇ ਕਿ ਚਮੜੀ ਭੂਰੇ ਕਲਰ ਦੀ ਸੀ ਟੈਂਗਲਡ ਹੈਅਰ ਵਾਲ ਉਲਝੇ ਹੋਏ ਸੀ ਐਂਡ ਬੋਰ ਸ਼ੈਬੀ ਸ਼ੈਬੀ ਨੂੰ ਤੁਸੀਂ ਡਰਟੀ ਕਲੋਥ ਵੀ ਲਿਖ ਸਕਦੇ ਹੋ ਤੇ ਉਹਨਾਂ ਨੇ ਜਿਹੜੇ ਕਿ ਮੈਲੇ ਕੱਪੜੇ ਪਾਏ ਹੋਏ ਸੀ ਜੁਕੋਪੋ ਵਾਸ ਲਾਈਬਰੀ ਐਜ਼ ਅ ਸਕਰੁਇਲ ਤੇ ਜੁਕੋਪੋ ਆ ਜਿਹੜੇ ਕਿ ਇੱਕ ਗਲਹਿਰੀ ਦੀ ਤਰ੍ਹਾਂ ਤੇਜ਼ ਸੀ ਐਂਡ ਨਿਕੋਲੋ ਹੈਡ ਐਨ ਅਟਰੈਕਟਿਵ ਸਮਾਈਲ ਤੇ ਨਿਕੋਲੋ ਦੇ ਜਿਹੜੇ ਕਿ ਉਹਦੀ ਸਮਾਈਲ ਆਕਰਸ਼ਕ ਸੀ ਨਿਕੋਲੋ ਵਾਸ 13 ইয়ার্স এ লাইন ਜ਼ਰੂਰ ਕਰਨੀ ਬੇਸ਼ੱਕ ਇਹਨੂੰ ਛੱਡ ਦਿਓ ਨਿਕੋਲੋ ਵਾਸ 13 ইয়ার্স ওલ્ડ ਨਿਕੋਲੋ ਜਿਹੜੇ ਕਿ 13 ਸਾਲਾਂ ਦਾ ਸੀ ਜੁਕੋਪੋ ਵਾਸ 12 ਜੁਕੋਪੋ ਜਿਹੜੇ ਕਿ 12 ਸਾਲਾਂ ਦਾ ਸੀ ਤਾਂ ਇਹਨਾਂ ਦੇ ਵਿੱਚੋਂ ਸੀਨੀਅਰ ਨਿਕੋਲਾ ਸੀ ਅੱਗੇ ਨੰਬਰ 3 ਹਾਊ ਵਰ ਦਾ ਟੂ ਵੋਇਸ ਯੂਸਫੁਲ ਫੋਰ ਦਾ ਰੈਟਰ ਇਨ ਮੈਨੀ ਵੇਜ਼ ਲੇਖਕ ਦੇ ਲਈ ਉਹ ਕਈ ਜਿਹੜੇ ਕਿ ਉਹਨਾਂ ਦੇ ਵਿੱਚ ਕਿਵੇਂ ਉਪਯੋਗੀ ਹੋਏ ਦੋਨੋਂ ਬੱਚੇ ਤੇ ਉਹ ਦੋਸਤ ਦੇ ਲਈ ਦੇ ਬਰਾਊਟ ਚਾਕਲੇਟਸ ਸ਼ਾਈਂਡ ਸ਼ੂਜ਼ ਐਂਡ ਬੁੱਕਡ ਸੀਟ ਆਫ ਆਪੇਰਾ ਫੋਰ ਹਿਮ ਤਾਂ ਉਹਨਾਂ ਦੋਨਾਂ ਬੱਚਿਆਂ ਨੇ ਜਿਹੜੇ ਕਿ ਉਹਨਾਂ ਨੇ ਚਾਕਲੇਟ ਲੈ ਕੇ ਆਏ ਤੇ ਜਿਹੜਾ ਗੀਤ ਨਾਟਕ ਸੀ ਉਹਦੇ ਦੇਖਣ ਦੀ ਲਈ ਉਹਨਾਂ ਨੇ ਸੀਟਾਂ ਉਹਨਾਂ ਦੀ ਬੁੱਕ ਕੀਤੀਆਂ ਤੇ ਫੋਰਥ ਇੰਪੋਰਟੈਂਟ ਆ ਵਾਟ ਵਾਈ ਡਿਡ ਦਾ ਟੂ ਬੋਇਜ਼ ਵਰਕ ਐਂਡ ਲੈਸਲੀ ਉਹ ਦੋਨੋਂ ਬੱਚੇ ਕਿਉਂ ਲਗਾਤਾਰ ਕੰਮ ਕਰਦੇ ਸੀ ਦੇ ਵਰਕਡ ਵੈਰੀ ਹਾਰਡ ਟੂ ਪੇ ਫੋਰ ਦਾ ਟ੍ਰੀਟਮੈਂਟ ਆਫ देयर ਸਿਸਟਰ ਸਫਰਿੰਗ ਫ্রম ਟੀਬੀ ਆਫ ਸਪਾਈਨ ਕਿਉਂਕਿ ਉਹ ਦੋਨੋਂ ਬੱਚੇ ਜਿਹੜੇ ਕਿ ਲਗਾਤਾਰ ਸਖਤ ਮਿਹਨਤ ਤਾਂ ਕਰਦੇ ਸੀ ਕਿਉਂਕਿ ਉਹਨਾਂ ਨੇ ਆਪਣੀ ਸਿਸਟਰ ਦੇ ਇਲਾਜ ਦੇ ਲਈ ਖਰਚਾ ਦੇਣਾ ਪੈਂਦਾ ਸੀ ਜਿਹੜੇ ਕਿ ਰੀਡ ਦੀ ਹੱਡੀ ਦੇ ਟੀਬੀ ਦੇ ਨਾਲ ਜਿਹੜੇ ਕਿ ਪੀੜਤ ਸੀ ਅਗਲਾ 5th ਨੰਬਰ ਵਾਲਾ ਇੰਪੋਰਟੈਂਟ ਆ ਵਟ ਵੇਅਰ ਡਿਡ ਦ ਡਰਾਈਵ ਟੂ ਦ ਬੋਇਜ਼ ਤਾਂ ਕਿੱਥੇ ਲੈ ਕੇ ਗਿਆ ਸੀ ਹੀ ਡ੍ਰੋਪ देम ਟੂ ਅ ਵਿਲੇਜ ਪਲੋਟਿਆ 30 ਕਿਮੀ ਅਵੇ ਜਿਹੜੇ ਕਿਥੋਂ 30 ਮੀਲ ਦੀ ਦੂਰੀ ਸੀ ਪਲੋਟਿਆ ਵਿਲੇਜ ਦੇ ਵਿੱਚ ਪਲੋਟਿਆ ਵਿਲੇਜ ਤੋਂ ਅੱਗੇ ਜਿਹੜੇ ਕਿ 30 ਕਿਮੀ ਦੂਰ ਸੀ ਉਹ ਅੱਗੇ ਹੈ ਹੂ ਵਾਸ ਦ ਊਮਨ ਐਟ ਦ ਵਿਲੇਜ 6th ਵੀ ਇੰਪੋਰਟੈਂਟ ਆ 7th ਵੀ ਤਾਂ ਊਮਨ ਕੌਨ ਸੀ ਵਿਲੇਜ ਦੇ ਵਿੱਚ ਸ਼ੀ ਵਾਸ ਅ ਗੁੱਡ ਘੋਟਾ ਜਿਹਾ ਪਲੀਸ ਸੈਂਟ ਲੂਕਿੰਗ ਅ ਟ੍ਰੇਨਡ ਨਰਸ ਸੁੰਦਰ ਦੇਖਣ ਵਾਲੀ ਇੱਕ ਜਿਹੜੀ ਕਿ ਟ੍ਰੇਨਡ ਨਰਸ ਸੀ ਵਟ ਮੇਡ ਦ ਨਰੇਟਰ ਫਾਲੋ ਦਾ ਵੌਇਸ ਲੇਖਕ ਨੇ ਕਿਉਂ ਫਾਲੋ ਕੀਤਾ ਸੀ ਦੋਨਾਂ ਬੱਚਾ ਦਾ ਨਰੇਟਰ ਵਾਂਟ ਟੂ ਸੀ ਹੋਮ ਦੇ ਆਰ ਵਿਜ਼ਿਟਿੰਗ ਤਾਂ ਉਹ ਦੇਖਣਾ ਚਾਹੁੰਦੇ ਸੀ ਕਿ ਇਹ ਇੱਥੇ ਕਿਹਨੂੰ ਮਿਲਣ ਲਈ ਆਏ ਨੇ ਅੱਗੇ ਹੈ ਵਟ ਡਿਡ ਦਾ ਲੂਸੀਆ ਐਸਪਾਇਰ ਟੂ ਬੀ ਤਾਂ ਲੂਸੀ ਉਹਨਾਂ ਦੀ ਸਿਸਟਰ ਸੀ ਠੀਕ ਉਹ ਕੀ ਬਣਨਾ ਚਾਹ ਰੱਖਦੀ ਕੀ ਬਣਨ ਦੀ ਇੱਛਾ ਰੱਖਦੀ ਸੀ ਸ਼ੀ ਐਸਪਾਇਰ ਟੂ ਬੀ ਅ ਸਿੰਗਰ ਸਿੰਗਰ ਬਣਨਾ ਅੱਗੇ ਨੰਬਰ 9 boy was the narrator deeply moved ਲੇਖਕ ਨੂੰ ਜਿਹੜੇ ਕਿ ਬਹੁਤ ਕਿਉਂ ਪਿਗਲ ਗਿਆ ਸੀ ਉਹ ਦਾ ਹੀ ਵਾਸ ਡੀਪਲੀ ਮੂਵਡ ਬਾਈ ਦਾ ਟੂ ਬॉयਜ਼ ਡਿਵੋਸ਼ਨ ਟੂ देयर ਸਿਕਸ ਸਿਸਟਰ ਉਹ ਦੋਨਾਂ ਬੱਚਿਆਂ ਨੇ ਆਪਣੀ ਸਿਸਟਰ ਦੇ ਲਈ ਇੱਕ ਸ਼ਰਧਾ ਭਾਵਨਾ ਦੇਖ ਕੇ ਜਿਹੜੇ ਕਿ ਉਹ ਪਿਗਲ ਗਿਆ ਸੀ ਤੇ ਨੰਬਰ 10 ਵਟ ਮੇਡ ਦਾ ਟੂ ਬ੍ਰਦਰਸ ਐਂਡ देयर ਸਿਸਟਰ ਆਰਫਨਸ ਕਿਹੜੇ ਚੀਜ਼ ਨੇ ਉਹਨਾਂ ਦੋਨਾਂ ਨੂੰ ਆਰਫਨ ਬਣਾਤਾ ਸੀ ਅਨਾਥ ਬਣਾਤਾ ਸੀ ਦਾ ਵਾਰ ਯੁੱਧ ਨੇ ਮੇਡ ਦਾ ਟੂ ਬ੍ਰਦਰਸ ਐਂਡ देयर ਸਿਸਟਰ ਆਰਫਨਸ ਆਨਸਰ ਕੀ ਆ ਦਾ ਵਾਰ ਅੱਗੇ ਵਟ ਇਜ਼ ਦਾ ਮੈਸੇਜ ਕਨਵੇਡ ਇੰਪੋਰਟੈਂਟ ਆ ਕਨਵੇ ਕੀ ਕਰਦਾ ਹੈ ਜਿਹੜੇ ਕਿ ਟੂ ਬॉयਜ਼ ਇਨ ਦਾ ਸਟੋਰੀ ਦੇ ਕਨਵੇਡ ਦਾ ਮੈਸੇਜ ਆਫ ਸੈਲਫਲੈਸ ਸੈਲਫਲੈਸਨੈਸ ਕੀ ਕਰਦੇ ਨੇ ਮਤਲਬ ਕਿ ਨਿਸਵਾਰਥ ਸੇਵਾ ਲਵ ਇਨ ਰਿਲੇਸ਼ਨ ਤੇ ਪਿਆਰ ਦੇ ਵਿੱਚ ਜਿਹੜੇ ਕਿ ਰਿਸ਼ਤੇ ਦੇ ਵਿੱਚ ਪਿਆਰ ਹੋਣਾ ਚਾਹੀਦਾ ਰਿਸ਼ਤੇਾਂ ਦੇ ਵਿੱਚ ਡਿਵਰਸ਼ਨ ਮੇਕ ਅ ਹੈਪੀ ਫੈਮਲੀ ਤੇ ਇੱਕ ਦੂਜੇ ਦੇ ਲਈ ਸ਼ਰਧਾ ਭਾਵਨਾ ਡਿਵਰਸ਼ਨ ਜਿਹੜੀ ਕਿ ਫੈਮਲੀ ਨੂੰ ਖੁਸ਼ ਬਣਾਉਂਦੀ ਹੈ ਤਾਂ ਇਹ ਜਿਹੜਾ ਕਿ ਪਲੋਟਿਆ ਵਿਲੇਜ 30 ਕਿਮੀ ਹੋਵੇ ਸੀ ਕੇਆ ਮਤਲਬ ਕਿ ਕਿਲੋਮੀਟਰ ਹਾਂਜੀ ਇਹਦੇ ਵਿੱਚੋਂ ਇਹ ਕੁਐਸਚਨ ਇੰਪੋਰਟੈਂਟ ਸੀ ਅੱਗੇ ਚੈਪਟਰ ਨੰਬਰ 7th ਇਨ सेलिब्रेशन ਆਫ ਬੀਇੰਗ ਅਲਾਈਵ ਇਸ ਦੇ ਵਿੱਚੋਂ ਫਰਸਟ ਅਕੋਰਡਿੰਗ ਟੂ ਡਾਕਟਰ ਬਰਨਾਰਡ ਵਾਟ ਇਜ਼ ਦਾ ਬਿਜ਼ਨਸ ਆਫ ਲਿਵਿੰਗ ਡਾਕਟਰ ਬਰਨਾਰਡ ਦੇ ਅਨਸਾਰ ਜਿਉਣ ਦਾ ਜਿਹੜੇ ਕਿ ਕੀ ਕੰਮ ਹੁੰਦਾ ਤਾਂ ਬਿਜ਼ਨਸ ਆਫ ਲਿਵਿੰਗ ਇਜ਼ ਅ ਜੁਆਇ ਇਨ ਦਾ ਰੀਅਲ ਸੈਂਸ ਆਫ ਦਾ ਵਰਡ ਤਾਂ ਜਿਉਂਦਾ ਕੰਮ ਅ ਸ਼ਬਦ ਅਸਲ ਦੇ ਵਿੱਚ ਮਜ਼ਾ ਹੁੰਦਾ ਠੀਕ ਹੈ ਜੁਆਇ ਹੋ ਗਿਆ ਮਜ਼ਾ ਹੁੰਦਾ ਇਟ ਇਜ਼ ਦਾ ਸੈਲੀਬ੍ਰੇਸ਼ਨ ਆਫ ਬੀਇੰਗ ਅਲਾਈਵ ਤੇ ਇਹ ਜਿੰਦਾ ਰਹਿਣ ਨੂੰ ਜਿਹੜੇ ਕਿ ਜਸ਼ਨ ਸਮਝ ਲੈਣਾ ਚਾਹੀਦਾ ਇੰਪੋਰਟੈਂਟ ਹੈ ਫਰਸਟ ਸੈਕਿੰਡ ਵਟ ਡੂ ਦਾ ਪੀਪਲ ਵਿਦ ਬ੍ਰੇਵ ਐਂਡ ਪੋਜ਼ਿਟਿਵ ਐਟੀਟਿਊਡ ਟੀਚ ਅਸ ਸਾਨੂੰ ਕੀ ਸਿਖਾਉਂਦੇ ਨੇ ਇਹ ਵੀ ਇੰਪੋਰਟੈਂਟ ਆ ਦੇ ਟੀਚ ਅਸ ਟੂ ਮੂਵ ਫਾਰਵਰਡ ਇਨ ਲਾਈਫ ਐਂਡ ਨਾਟ ਟੂ ਕ੍ਰਾਈ ਐਂਡ ਵੀਪ ਤੇ ਇਹ ਸਾਨੂੰ ਇਹ ਸਿੱਖਿਆ ਦਿੰਦੇ ਨੇ ਜਿਹੜੇ ਪੋਜ਼ਿਟਿਵ ਤੇ ਬ੍ਰੇਵ ਐਟੀਟਿਊਡ ਵਾਲੇ ਹੁੰਦੇ ਨੇ ਕਿ ਸਾਨੂੰ ਜ਼ਿੰਦਗੀ ਚ ਅੱਗੇ ਵਧਣਾ ਚਾਹੀਦਾ ਤੇ ਨਾ ਕਿ ਰੋਣਾ ਤੇ ਚਿਕਣਾ ਚਾਹੀਦਾ ਅੱਗੇ ਹੈ ਇਨ ਵਿਚ ਇਨਸੀਡੈਂਟ ਵਰ ਬਰਨਾਰਡਸ ਗਲੂਮੀ ਥਾਟ ਰੂਟਡ ਤਾਂ ਕਿਹੜੀ ਘਟਨਾ ਨੇ ਬਰਨਾਰਡ ਦੇ ਦੁੱਖਾਂ ਵਾਲੇ ਜਿਹੜੇ ਕਿ ਉਦਾਸੀਪੂਰਨ ਵਿਚਾਰ ਆਧਾਰਿਤ ਸਨ ਇਨ ਐਨ ਐਕਸੀਡੈਂਟ ਐਕਸੀਡੈਂਟ ਇਨ ਵਿੱਚ ਹੀ ਐਂਡ ਹਿਸ ਵਾਈਫ ਵਰ ਇੰਜਰਡ ਜਿਸ ਦੇ ਵਿੱਚ ਉਹ ਤੇ ਉਸ ਦੀ ਵਾਈਫ ਜਿਹੜੇ ਕਿ ਜ਼ਖਮੀ ਹੋ ਗਏ ਸੀ ਫੋਰਥ ਇੰਪੋਰਟੈਂਟ ਆ ਵਟ ਵਾਸ ਦਾ ਡਾਕਟਰ ਬਰਨਾਰਡਸ ਫਾਦਰ ਐਟੀਟਿਊਡ ਟੁਵਰਡ ਲਾਈਫ ਉਹਦੇ ਫਾਦਰ ਦਾ ਕੀ ਐਟੀਟਿਊਡ ਸੀ ਲਾਈਫ ਦੇ ਪ੍ਰਤੀ ਗੋਡ ਟੈਸਟ ਅਸ ਵੀ ਪਰਮਾਤਮਾ ਸਾਡੇ ਟੈਸਟ ਲੈਂਦਾ ਵੈਨ ਹੀ ਵੈਨ ਵੀ ਵਰ ਇਨ ਸਫਰਿੰਗ ਜਦੋਂ ਅਸੀਂ ਦੁੱਖਾਂ ਦੇ ਵਿੱਚ ਹੁੰਨੇ ਆ ਅੱਗੇ ਹੈ ਵਟ ਇੰਟਰੋਡਿਊਸ ਡਾਕਟਰ ਬਰਨਾਰਡ ਟੂ ਦਾ ਸਫਰਿੰਗ ਇਨ ਆਫ ਦਾ ਚਿਲड्रन ਜਿਹੜਾ ਕਿ ਡਾਕਟਰ ਕਿਹੜੀ ਚੀਜ਼ ਨੇ ਡਾਕਟਰ ਬਰਨार्ड ਨੂੰ ਬੱਚਿਆਂ ਦੇ ਦੁੱਖਾਂ ਦੇ ਨਾਲ ਜਿਹੜੀ ਕਿ ਜਾਣਕਾਰੀ ਕਰਵਾਈ ਹੀ ਕੇਮ ਟੂ ਨੋ ਦਾ ਸਫਰਿੰਗ ਆਫ ਚਿਲड्रन ਬਾਏ ਹਿਸ ਬਰਦਰਸ ਬਰਥ ਐਂਡ ਵਿਦ ਐਨ ਅਬਨਾਰਮਲ ਹਰਟ ਤਾਂ ਉਹਦੇ ਬੱਚਿਆਂ ਦੇ ਦੁੱਖਾਂ ਦਾ ਪਤਾ ਆਪਣੇ ਭਰਾ ਦੇ ਜਿਹੜੇ ਕਿ ਜਨਮ ਤੋਂ ਚੱਲਿਆ ਜਿਸ ਦਾ ਦਿਲ ਹੈ ਜਿਹੜਾ ਕਿ ਅਸੁਧਾਰਨ ਸੀ ਅਬਨਾਰਮਲ ਸੀ ਨੈਕਸਟ ਵਾਈ ਕੁਡ ਨੋਟ ਬਰਨਾਰਡਸ ਬਰਦਰ ਸਰਵਾਈਵ ਇੰਪੋਰਟੈਂਟ ਆ 6th ਵੈਰੀ ਇੰਪੋਰਟੈਂਟ ਜਿਨ੍ਹਾਂ ਤੇ ਟਿੱਕ ਲੱਗ ਗਿਆ ਉਹਨੇ ਵੈਰੀ ਇੰਪੋਰਟੈਂਟ ਨੇ ਜਿਹੜਾ ਕਿ ਬਰਨਾਰਡ ਦਾ ਬ੍ਰਦਰ ਕਿਉਂ ਨਹੀਂ ਜਿੰਦਾ ਨਹੀਂ ਸੀ ਬਿਕਾਜ਼ ਆਫ ਇੰਪ੍ਰੋਪਰ ਟ੍ਰੀਟਮੈਂਟ ਫੋਰ ਹਰਟ ਸਰਜਰੀ ਕਿਉਂਕਿ ਉਹਦੇ ਹਰਟ ਸਰਜਰੀ ਦੇ ਲਈ ਜਿਹੜਾ ਕਿ ਉਹਨਾਂ ਨੂੰ ਪ੍ਰੋਪਰ ਜਿਹੜਾ ਕਿ ਟ੍ਰੀਟਮੈਂਟ ਨਹੀਂ ਮਿਲਿਆ ਸੀ ਠੀਕ ਹੈ ਇੰਪ੍ਰੋਪਰ ਮਤਲਬ ਕੀ ਹੋ ਗਿਆ ਜਿਹੜਾ ਕਿ ਵਧੀਆ ਨਹੀਂ ਮਿਲਿਆ ਸੀ ਪ੍ਰੋਪਰ ਅੱਗੇ ਹੈ ਵਾਈ ਡਿਡ ਵਾਈ ਵਾਈ ਡਸ ਡਾਕਟਰ ਬਰਨਾਰਡ ਕਨਸੀਡਰ ਦਾ ਸਫਰਿੰਗ ਆਫ ਦਾ ਚਿਲड्रन ਹਰਟ ਬ੍ਰੇਕਿੰਗ ਤਾਂ ਜਿਹੜੇ ਕਿ ਡਾਕਟਰ ਬਰਨार्ड ਦੇ ਬੱਚਿਆਂ ਦੇ ਦੁੱਖਾਂ ਨੂੰ ਦਿਲ ਤੋੜਨ ਵਾਲਾ ਕਿਉਂ ਸਮਝਦਾ बिकॉज़ दे हैव ਟੋਟਲੀ ਫੇਥ ਇਨ ਦਾ ਅਬਿਲਟੀ ਆਫ ਦਾ ਡਾਕਟਰਸ ਟੂ ਕਰ them ਕਿਉਂਕਿ ਬੱਚਿਆਂ ਨੂੰ ਜਿਹੜੇ ਕਿ ਪੂਰਾ ਵਿਸ਼ਵਾਸ ਹੁੰਦਾ ਪੂਰਾ ਯਕੀਨ ਹੁੰਦਾ ਡਾਕਟਰਸ ਤੇ ਕਿ ਉਹ ਉਹਨਾਂ ਦੇ ਜਿਹੜੇ ਕਿ ਜੋ ਉਹਨਾਂ ਨੂੰ ਤਕਲੀਫਾਂ ਨੂੰ ਦੂਰ ਕਰਨਗੇ ਇਲਾਜ ਕਰ ਸਕਣਗੇ ਇਹ ਵੀ ਇੰਪੋਰਟੈਂਟ ਆ ਨੰਬਰ 8 what made the driver and the mechanic choose their role very important ਉਹਨਾਂ ਨੇ ਕੀ ਕੀ ਜਿਹੜੇ ਕੀ ਰੋਲ ਆਪਣੇ ਚੁਣੇ ਸੀ ਦਾ ਮੈਕੈਨਿਕ ਵਾਸ ਬਲਾਈਂਡ ਮੈਕੈਨਿਕ ਆ ਜਿਹੜੇ ਕੀ ਬਲਾਈਂਡ ਸੀ ਟੋਟਲੀ ਬਲਾਈਂਡ ਐਂਡ ਦਾ ਡਰਾਈਵਰ ਹੈਡ ਓਨਲੀ ਵਨ ਆ ਤੇ ਡਰਾਈਵਰ ਦੀ ਜਿਹੜੇ ਕੀ ਸਿਰਫ ਇੱਕ ਅੱਖਾਂ ਸੀ ਇਹ ਤਾਂ ਟੋਟਲੀ ਵੀ ਕਰਨਾ ਕਿ ਟੋਟਲੀ ਬਲਾਈਂਡ ਦੈਨ ਲਾਸਟ ਵਨ ਇਜ਼ ਗਦਰੀ ਬਾਬਾਜ਼ੀ ਨੇ ਕਾਲੇ ਪਾਣੀ ਜੇਲ੍ਹ ਨੰਬਰ 8 ਫਰਸਟ ਇੰਪੋਰਟੈਂਟ ਆ ਲਿਸਟ ਆਫ ਫਿਊ ਕੀ ਮੈਂਬਰਸ ਆਫ ਦਾ ਗਦਰ ਪਾਰਟੀ ਗਦਰ ਪਾਰਟੀ ਦੇ ਫਿਊ ਮੈਂਬਰਸ ਕੀ ਮੈਂਬਰਸ ਇਹਨਾਂ ਨੂੰ ਕੀ ਮੈਂਬਰ ਵੀ ਲਿਖ ਸਕਦੇ ਨੇ ਠੀਕ ਹੈ ਕੀ ਮੈਂਬਰਸ ਵਾ ਲਾਲਾ ਹਰਦੀয়াল ਵੀਜ਼ੇ ਪਿੰਗਲੇ ਸੰਤ ਬਾਬਾ ਵਿਸ਼ਾਖਾ ਸਿੰਘ ਸੋਹਣ ਸਿੰਘ ਪੱਕਣਾ ਐਂਡ ਕਰਤਾਰ ਸਿੰਘ ਸਰਾਬਾ ਰਾਸ ਵਿਹਾਰੀ ਬੋਸ ਨੈਕਸਟ ਹੈ ਵਟ ਵਾਸ ਦਾ ਸੈਕੰਡਰੀ ਇੰਪੋਰਟੈਂਟ ਵਟ ਵਾਸ ਦਾ ਮੋਡ ਆਫ ਟਾਰਚਿੰਗ ਬਰੇਵ ਫਾਈਟਰਸ why the british government british government ਜਿਹੜੇ ਕੀ ਜੁਲਮ ਕਿਹੜੇ ਟੰਗਾ ਦੇ ਨਾਲ ਕਰਦੇ ਸੀ ਤਾਂ ਇਹਦੇ ਵਿੱਚ ਹੈ ਆਪਣਾ they were forced to work at the oil mill ਉਹਨਾਂ ਨੂੰ ਜ਼ਬਰਦਸਤੀ ਮਿਲ ਦੇ ਵਿੱਚ ਆਇਲ ਮਿਲ ਦੇ ਵਿੱਚ ਕੰਮ ਕਰਵਾਏ ਜਾਂਦੇ ਸੀ ਐਂਡ whipped in public ਤੇ ਪਬਲਿਕ ਦੇ ਸਾਹਮਣੇ ਉਹਨਾਂ ਨੂੰ ਜਿਹੜੇ ਕੀ ਉਹਨਾਂ ਦੇ ਕੋੜੇ ਮਾਰੇ ਜਾਂਦੇ ਸੀ they were also kept in a dirty and lonely cells ਤੇ ਉਹਨਾਂ ਨੂੰ ਜਿਹੜੇ ਕੀ ਗੰਦੀਆਂ ਤੇ ਇਕੱਲੇ ਪਣ ਵਾਲੀ ਜਿਹੜੇ ਕੀ ਛੋਟੇ ਛੋਟੇ ਜਿਹੜੇ ਸੈਲਸ ਬਣੇ ਹੋਏ ਸੀ ਕਾਲ ਕੋਠੜੀਆਂ ਉਹਨਾਂ ਦੇ ਵਿੱਚ ਰਹਿਣਾ ਪੈਂਦਾ ਸੀ ਅੱਗੇ ਹੈ ਰਾਈਟ ਦਾ ਟੂ ਅਦਰਸ ਨੇਮਸ ਫॉर ਆਫ ਦਾ ਸਲਵਰ ਜੇਲ ਸਲਵਰ ਜੇਲ ਦੇ ਅਦਰ ਨੇਮ ਕੀ ਨੇ ਦਾ ਪਪੂਲਰ ਨੇਮ ਵਾਜ਼ ਕਾਲਾ ਪਾਣੀ ਐਂਡ ਦਾ ਅਦਰ ਨੇਮ ਵਾਜ਼ ਦਾ ਡੈਵਿਲਸ ਆਈਲੈਂਡ ਤਾਂ ਕੀ ਸੀ ਸ਼ੈਤਾਨ ਦਾ ਟਾਪੂ ਤੇ ਕਾਲਾ ਪਾਣੀ ਵੈਰੀ ਇੰਪੋਰਟੈਂਟ ਤਿੰਨੋਂ ਫੋਰਥ ਇੰਪੋਰਟੈਂਟ ਨੇ ਪਹਿਲੇ ਫੋਰ ਵੈਰੀ ਵੈਰੀ ਇੰਪੋਰਟੈਂਟ ਨੇ ਵਟ ਫੋਰ ਦਾ ਫਿਜ਼ੀਕਲ ਕੰਡੀਸ਼ਨ ਆਫ ਦਾ ਸੈਲੂਲਰ ਜੇਲ ਦੀ ਕੀ ਕੰਡੀਸ਼ਨ ਸੀ ਫਿਜ਼ੀਕਲ ਦਾ ਸੈਲੂਲਰ ਜੇਲ ਵਾਸ ਵੈਰੀ ਡਰਟੀ ਬਹੁਤ ਜਿਹੜੀ ਕਿ ਉਹ ਡਰਟੀ ਸੀ ਮੈਲੀ ਸੀ ਐਂਡ ਹੈਡ ਅ ਬੈਡ ਵੈਦਰ ਤੇ ਉਥੋਂ ਦਾ ਵੈਦਰ ਹੈ ਜਿਹੜੀ ਕਿ ਬਹੁਤ ਬੁਰਾ ਸੀ ਇਟ ਵਾਸ ਫੁੱਲ ਆਫ ਮਸਕਿਊਟਸ ਐਂਡ ਲੀਚਸ ਲੀਚਸ ਹੁੰਦੀਆਂ ਨੇ ਜਿਹੜੇ ਕਿ ਉਹ ਜੋਕਾਂ ਤੇ ਮਸਕਿਊਟੋ ਦੇ ਨਾਲ ਜਿਹੜੇ ਕਿ ਉਹ ਭਰੀ ਹੋਈ ਸੀ ਨੈਕਸਟ ਹੈ ਵਟ ਫਿਫਥ ਵੀ ਇੰਪੋਰਟੈਂਟ ਆ who were the chief governing official in the cellular jail chief governing jehde ki cellular jail de kede mukh adhikari si da jailer david bare superintendent murryan da chief commissioner were the chief governing official agge hai uh... number 6 how were the convict punished when they fail to work properly jaddo ho jehde ki ਪ੍ਰੋਪਰਲੀ ਕੰਮ ਨਹੀਂ ਕਰ ਪਾਉਂਦੇ ਸੀ ਕਨਵਿਕਟ ਜਿਹੜੇ ਕਿ ਉੱਥੋਂ ਦੇ ਕੈਦੀ ਸੀ ਦੋਸ਼ੀ ਸੀ ਤਾਂ ਉਹਨਾਂ ਨੂੰ ਕਿਵੇਂ ਜਿਹੜੇ ਕਿ ਉਹ ਸਜ਼ਾ ਦਿੱਤੀ ਜਾਂਦੀ ਸੀ ਦੇ ਵਰ ਅਬਿਊਜ਼ਡ ਐਂਡ 기ਵਨ 30 ਬੀਪ ਲੈਸ਼ਸ ਇਨ ਦਾ ਪਬਲਿਕ ਤੇ ਉਹਨਾਂ ਨੂੰ ਜਿਹੜੇ ਕਿ ਮਾੜਾ ਬੋਲਿਆ ਜਾਂਦਾ ਸੀ ਤੇ 30 ਜਿਹੜੇ ਕਿ ਚੌਬੁਕਾ ਜਿਹੜੇ ਕਿ ਉਹਨਾਂ ਦੇ ਲਗਾਏ ਜਾਂਦੇ ਸੀ ਲੋਕਾਂ ਸਾਹਮਣੇ ਨੰਬਰ 7 ਹੂ ਵਰ ਹੂ ਵਾਸ ਡਰੈਸਡ ਐਸ ਡੈਮਿਗੌਡਸ ਐਂਡ ਵਾਈ ਤਾਂ ਕਿਨਾਂ ਨੂੰ ਜਿਹੜੇ ਕਿ ਡੈਮਿਗੌਡਸ ਕਿਹਾ ਗਿਆ ਤੇ ਕਿਉਂ ਅਰਧ ਦੇਵਤਨਾਂ पेຊੂਸ਼ਾ ਦੇ ਵਿੱਚ ਕੌਣ ਸਨ ਤੇ ਕਿਉਂ ਆ 올ਡ ਕ੍ਰਿਮੀਨਲਸ ਐਂਡ ਜਮਾਦਾਰਸ 올ਡ ਕ੍ਰਿਮੀਨਲ ਤੇ ਜਿਹੜੇ ਜ਼ਮੀਦਾਰ ਸੀ ਉਹਨਾਂ ਨੂੰ ਜਮਾਦਾਰਸ ਵਰ ਕਾਲਡ ਡੈਮਿਗੌਡਸ ਜਮਾਦਾਰ ਹੁੰਦੇ ਨੇ ਜਿਹੜੇ ਉੱਥੇ ਕੰਮ ਕਰਨ ਵਾਲੇ ਹੁੰਦੇ ਨੇ ਉਹਨਾਂ ਨੂੰ ਕਿਹਾ ਜਾਂ ਕਿਹਾ ਗਿਆ ਦੇ ਇਲ ਟਰੀਟਡ 올 ਦਾ ਪ੍ਰਿਜ਼ਨਰਸ ਐਂਡ ਮੇਡ देयर ਲਾਈਫ ਮਿਸਰੇਬਲ ਕਿਉਂਕਿ ਉੱਥੋਂ ਜਿਹੜੇ ਕੈਦੀ ਸੀ ਉਹਨਾਂ ਨਾਲ ਬੁਰਾ ਵਿਵਹਾਰ ਕਰਦੇ ਸੀ ਉਹ ਤੇ ਨਾਲ ਦੀ ਨਾਲ ਉਹਨਾਂ ਦੀ ਜਿਹੜੀ ਲਾਈਫ ਨੂੰ ਵੀ ਬਹੁਤ ਜਿਹੜੇ ਕਿ ਬੱਦਰ ਬਣਾ ਦਿੰਦੇ ਸੀ ਉਹ ਤਰਸਯੋਗ ਬਣਾ ਦਿੰਦੇ ਸੀ ਅੱਗੇ ਨੰਬਰ 8 ਟੂ ਵਾਈ ਡਿਡ ਦਾ ਗਦਰੀਜ਼ ਡੂ ਇਨ ਦਾ ਵਟ ਡਿਡ ਦਾ ਗਦਰੀਜ਼ ਡੂ ਇਨ ਦਾ ਬਿਗਨਿੰਗ ਆਫ देयर ਕਨਵਿਕਟ ਕਨਵਿਕਸ਼ਨ ਪੀਰੀਅਡ ਤਾਂ ਜਿਹੜੇ ਕਿ ਗਦਰ ਪਾਰਟੀ ਦੇ ਮੈਂਬਰ ਦੋਸ਼ੀ ਠਹਿਰਾ ਜਾਂਦੇ ਦੇ ਬਾਅਦ ਕੀ ਕਰਦੇ ਸੀ ਕਨਵਿਕਟਿੰਗ ਪੀਰੀਅਡ ਦੇ ਦੇ ਉਹ देयर ਮੰਤਰਾ ਵਾਸ ਨਾਟ ਟੂ ਸਫਰ ਐਨੀ ਇਨਸਲਟ ਤਾਂ ਉਹਨਾਂ ਦੇ ਇਹ ਮੰਤਰਾ ਸੀ ਵੀ ਉਹਨਾਂ ਨੇ ਇਹ ਡਿਸਾਈਡ ਕਰ ਲਿਆ ਸੀ ਉਹ ਨੂੰ ਕਿਸੇ ਵੀ ਤਰੀਕੇ ਨਾਲ ਜਿਹੜੇ ਕਿ ਆਪਣਾ અપਮਾਨ ਨੂੰ ਨਹੀਂ ਸਹਿਣ ਕਰਨਗੇ ਉਸ ਦਾ ਬਦਲਾ ਜਿਹੜੇ ਕਿ ਸ਼ਕਤੀ ਨਾਲ ਲੈਣਗੇ ਸ਼ਕਤੀ ਨਾਲ ਲੈਣਗੇ ਅੱਗੇ ਹੈ ਵਾਈ ਵਾਸ ਜੋਤਿਸ਼ ਚੰਦਰਾ ਨੰਬਰ 8 ਵੀ ਇੰਪੋਰਟੈਂਟ ਆ 9 ਵੀ ਮੈਂ ਵੈਸੇ ਵੀ ਤੁਹਾਨੂੰ ਦੱਸਿਆ ਕਿ ਨੰਬਰ 6 ਤੋਂ ਲੈ ਕੇ ਨੰਬਰ 8 ਤੱਕ ਜਿਹੜੇ ਕਿ ਇਹ ਵੈਸੇ ਤਾਂ ਸਾਰੇ ਚੈਪਟਰਾਂ ਦੇ ਹੀ ਜਿਹੜੇ ਕਿ ਕੁਐਸਚਨਸ ਤੁਸੀਂ ਲੌਂਗ ਕੁਐਸਚਨਾਂ ਦੇ ਵਿੱਚ ਉਹਨਾਂ ਨੂੰ ਐਡਪਟ ਕਰ ਸਕਦੇ ਹੋ ਬਟ ਇਹ ਸਾਰੇ ਇਹ ਚੈਪਟਰ ਹੀ ਸਾਰੇ ਜਿਹੜੇ ਕਿ ਇੰਪੋਰਟੈਂਟ ਨੇ ਅਗਲਾ ਹੈ ਵੋਇਵੋਜ ਜੋਤੀਸ਼ ਚੰਦਰਪਾਲ ਮੂਵ ਟੂ ਅ ਮੈਂਟਲ ਹਸਪੀਟਲ ਦੇ ਵਿੱਚ ਕਿਉਂ ਭੇਜਿਆ ਗਿਆ ਸੀ ਹੀ ਪਾਸਡ ਬਲੱਡ ਇਨ ਸਟੂਲ ਡਿਊ ਟੂ ਹੰਗਰ ਸਟ੍ਰਾਈਕ ਹੰਗਰ ਸਟ੍ਰਾਈਕ ਦੇ ਕਾਰਨ ਜਿਹੜੇ ਕਿ ਉਹ ਸਟੂਲ ਦੇ ਵਿੱਚ ਉਹਨੂੰ ਬਲੱਡ ਆਉਂਦਾ ਸੀ ਆਉਣ ਲੱਗਿਆ ਸੀ ਐਂਡ ਵੈਂਟ ਮੈਡ ਐ ਮੈਡੀ ਮੈਡ ਠੀਕ ਹੈ ਤੇ ਉਹ ਪਾਗਲ ਹੋ ਗਿਆ ਸੀ ਤੇ ਸੋ ਹੀ ਵਾਸ ਮੂਵ ਟੂ ਅ ਮੈਂਟਲ ਹਸਪੀਟਲ ਜਿਸ ਕਰਕੇ ਉਹਨੂੰ ਮੂਵ ਕੀਤਾ ਗਿਆ ਸੀ ਮੈਂਟਲ ਹਸਪੀਟਲ ਦੇ ਵਿੱਚ ਵਾਈ ਡਿਡ ਦਾ ਜੇਲ ਅਥਾਰਟੀਜ਼ ਡਿਸਕੰਟੀਨਿਊ ਸਮ ਆਫ देयर ਪ੍ਰੈਕਟਿਸ ਆਫ ਬੈਡ ਟ੍ਰੀਟਮੈਂਟ ਨੰਬਰ 10 ਵੀ ਇੰਪੋਰਟੈਂਟ ਹੈ ਜੇਲ੍ਹ ਦੇ ਅਧਿਕਾਰੀ ਨੇ ਬੁਰੇ ਵਰਤਾਵ ਨੂੰ ਕੁਝ ਪਰਥਾਵਾਂ ਨੂੰ ਕਿਉਂ ਰੋਕ ਦਿੱਤਾ ਸੀ ਦੇ ਲੌਂਗ ਹੰਗਰ ਸਟ੍ਰਾਈਕ ਫੋਰਸ ਥੈਮ ਟੂ ਸਟਾਪ ਦਾ ਬੈਡ ਟ੍ਰੀਟਮੈਂਟ ਕਿਉਂਕਿ ਜਿਹੜੇ ਕਿ ਉਹਨਾਂ ਦੀ ਲੰਬੇ ਸਮੇਂ ਦੀ ਭੁੱਖ ਹੜਤਾਲ ਸੀ ਉਹ ਉਸ ਨੇ ਮਜਬੂਰ ਕਰਤਾ ਸੀ ਉਹਨਾਂ ਨੂੰ ਕਿ ਉਹ ਜਿਹੜੇ ਕਿ ਬੈਡ ਟ੍ਰੀਟਮੈਂਟ ਦੰਦੇ ਨੇ ਉਹਨੂੰ ਬੰਦ ਕੀਤਾ ਜਾਵੇ ਥੈਂਕਸ